ਕਿ ਜਿਹੜਾ ਰਿਲੇਸ਼ਨਸ਼ਿਪ ਹੈ ਇਹ ਹੈ ਕੀ ਹੈ ਔਰ ਸਪੈਸ਼ਲੀ ਜਿਹੜੀ ਵਿਆਹ ਦੀ ਉਮਰ ਹੁੰਦੀ ਹੈ ਉਹ ਸਹੀ ਕਿਹੜੀ ਹੁੰਦੀ ਹੈ ਸੋ ਪਹਿਲਾਂ ਤਾਂ ਤੁਸੀਂ ਆਪਣਾ ਨਜ਼ਰੀਆ ਦੱਸੋ ਵੀ ਕਿਹੜੀ ਸਟੀਕ ਉਮਰ ਜਿਹਨੂੰ ਕਹਿੰਦੇ ਨੇ ਜਿਹੜੀ ਸਹੀ ਓਵਰ ਹੁੰਦੀ ਉਹ ਤੁਹਾਡੇ ਨਜ਼ਰੀਏ ਤੋਂ ਕਿਹੜੀ ਹੈ ਸੋ ਸੁਪਨੇ ਜਿਹੜੇ ਸੱਜਣੇ ਹਨ ਪੈਰੈਂਟਸ ਆਈ ਥਿੰਕ ਜਦੋਂ ਬੱਚਾ ਜਨਮਦਾ ਉਦੋਂ ਹੀ ਸ਼ੁਰੂ ਕਰ ਦਿੰਦੇ ਆ ਪਰ ਅੱਜ ਕੱਲ੍ਹ ਤੇ ਆਪਾਂ ਦੇਖਦੇ ਆ ਜੇ ਆਪਾਂ ਪ੍ਰੀਵੀਅਸ ਰਿਲੇਸ਼ਨਸ਼ਿਪਸ ਦੇਖਦੇ ਆ ਜਿਹੜੇ ਪਿਛਲੇ ਜਮਾਨੇ ਹੁੰਦੇ ਸੀਗੇ ਕੋਈ ਵਿਆਹ ਵਾਲੀ ਮੇਰੇ ਖਿਆਲ ਉਮਰ ਹੀ ਨਹੀਂ ਹੁੰਦੀ ਸੀਗੀ 13 ਸਾਲਾਂ ਤੱਕ ਮੇਰੀ ਖੁੱਦ ਦੀ ਭੂਆ ਵਿਆਹੀ ਗਈ ਸੀ ਤੇ ਉਹ ਮੈਨੂੰ ਦੱਸਦੀ ਹੁੰਦੀ ਕਿ 13 ਸਾਲਾਂ ਚ ਕਹਿੰਦੀ ਮੈਂ ਲਾਵਾਂ ਲਈਆ ਤੇਰੇ ਪੁੱਖੜ ਦੇ ਨਾਲ 15 ਸਾਲਾਂ ਤੇ ਚੋਤ ਹੋਈ ਸੀ ਉਦੋਂ ਫੇਰ ਉਦੋਂ ਦਾ ਲਾਵਾ ਆ ਗਿਆ ਸੋ ਯੂ نو ਜਦੋਂ ਆਪਾਂ ਇਹ ਦੇਖਦੇ ਵੀ ਉਹ ਟਾਈਮ ਤੇ ਤਾਂ ਕੋਈ ਬੱਚੇ ਸਗੇ ਪਰ ਇੱਕ ਉਹ ਵੀ ਇੱਕ ਸੋਸਾਇਟੀ ਹੁੰਦੀ ਸੀ ਜਦੋਂ ਇਹ 15 ਸਾਲਾਂ ਦੇ ਇਹ ਏਜ ਵਧੀਆ ਸੀ 16 ਸਾਲਾਂ ਤੱਕ ਉਹਦਾ ਪਹਿਲਾ ਬੱਚਾ ਹੋਇਆ ਕੁੜੀਆਂ ਦੇ ਵਿੱਚ ਯੂ ਨੋ 21 ਸਾਲਾਂ 25 ਸਾਲਾਂ ਤੋਂ ਬਾਅਦ ਹੋਦੀ ਹੈ ਜਿਹੜੇ ਮਰਦ ਆ ਉਹਨੇ ਚ ਥੋੜੀ ਜੀ ਲੇਟ ਆਉਂਦੀ ਹੈ ਸੋ ਮੈਨੂੰ ਜਿੱਥੇ ਲੱਗਦਾ 25 ਸਾਲਾਂ ਤੋਂ ਬਾਅਦ ਜਿਹੜੇ ਮੈਰਿਜ ਬਾਰੇ ਸੋਚਣਾ ਚਾਹਦਾ ਹੈ ਕਿ ਉਤੋਂ ਪਹਿਲਾਂ ਮੇਰੇ ਖਿਆਲ ਜਿਹੜੇ ਪਪੀ ਲਵ ਹੁੰਦਾ ਨਾ ਉਹ ਹੁੰਦਾ ਹੈ ਸਵਾਗਤ ਹੈ ਜੀ ਬ੍ਰਿਖਤਵਾਦ ਸਾਰੇ ਦਰਸ਼ਕਾਂ ਦਾ ਰਿਲੇਸ਼ਨਸ਼ਿਪ ਕੀ ਹੁੰਦਾ ਹੈ ਜਿਹੜੀ ਵਿਆਹ ਦੀ ਉਮਰ ਹੁੰਦੀ ਹੈ ਉਹ ਕਿਹੜੀ ਸਹੀ ਹੁੰਦੀ ਹੈ ਤਕੀ ਵਿਆਹ ਤੋਂ ਪਹਿਲਾਂ ਲਿਵਿੰਗ ਰਿਲੇਸ਼ਨਸ਼ਿਪ ਦੇ ਵਿੱਚ ਰਹਿਣਾ ਸਹੀ ਹੁੰਦਾ ਹੈ ਕੀ ਇਹ ਜਿਹੜਾ ਐਕਸਪੈਰੀਮੈਂਟ ਹੈ ਉਹ ਸਾਡੀ ਲਾਈਫ ਦੇ ਵਿੱਚ ਸਹੀ ਬੈਠ ਸਕਦਾ ਹੈ ਜਾਂ ਫਿਰ ਇਹਦਾ ਬਹੁਤ ਵੱਡਾ ਸਾਨੂੰ ਨੁਕਸਾਨ ਹੋ ਸਕਦਾ ਹੈ ਇਸ ਸਾਰੇ ਟੌਪਿਕ ਦੇ ਉੱਤੇ ਅਸੀਂ ਗੱਲਬਾਤ ਅੱਜ ਕਰਾਂਗੇ ਪਹਿਲਾਂ ਤਾਂ ਤੁਸੀਂ ਸਭ ਤੋਂ ਪਹਿਲਾਂ ਜਿਹੜੇ ਫੇਸਬੁੱਕ ਦੇ ਸਾਡੇ ਦਰਸ਼ਕ ਨਾਲ ਜੁੜਦੇ ਨੇ ਉਹ ਆਪਣੀ ਫੇਸਬੁੱਕ ਤੇ ਜਾਓ ਫੇਸਬੁੱਕ ਖੋਲੋ ਤੇ ਸਾਨੂੰ ਇਹਨਾਂ ਸਾਰੇ ਕੁਐਸਚਨਸ ਰਿਗਾਰਡਿੰਗ ਤੁਸੀਂ ਖੁਦ ਵੀ ਕਮੈਂਟ ਕਰੋ ਅਸੀਂ ਫੇਸਬੁੱਕ ਦੇ ਉੱਤੇ ਤੁਹਾਡੇ ਜਿਹੜੇ ਕਮੈਂਟਸ ਹੋਣਗੇ ਉਹਨਾਂ ਨੂੰ ਵੀ ਨਾਲ-ਨਾਲ ਪੜਾਂਗੇ ਉਹਨਾਂ ਦੇ ਉੱਤੇ ਵੀ ਅਸੀਂ ਗੱਲਬਾਤ ਕਰਾਂਗੇ ਸਾਡੇ ਨਾਲ ਸੁਖੀ ਜੀ ਸਟੂਡੀਓ ਦੇ ਵਿੱਚ ਉਹ ਮੌਜੂਦ ਨੇ ਸੁਖੀ ਜੀ ਨੂੰ ਕੋਈ ਜਾਣ ਪਛਾਣ ਦੇ ਮਹਤਾਜ ਨਹੀਂ ਤੁਸੀਂ ਸਾਰੇ ਇਹਨਾਂ ਨੂੰ ਜਾਣਦੇ ਹੋ ਸੋ ਸੁਖੀ ਜੀ ਵੈਲਕਮ ਥੈਂਕ ਯੂ so much ਸ਼ਰੀਤ ਤੇ ਜੈਨੀਵੀ ਸਾਡੇ ਦਰਸ਼ਕ ਤਨ ਸਾਰੀ ਨੂੰ ਪਿਆਰ ਬੜੀ ਸਤਿਕਾਰ ਪਰ ਸਤਿ ਸ਼੍ਰੀ ਅਕਾਲ ਐਂਡ ਗੁੱਡ ਮਾਰਨਿੰਗ ਟੂ एवरीवन ਬਸ ਇਹੀ ਮੈਂ ਇਸ ਕਰ ਰਹੀ ਸੀ ਸੋ ਕਿ ਤੁਸੀਂ ਅੱਜ ਆਏ ਹੋ ਨਾ ਲੋਕ ਕਿ ਇਹੀ ਤੁਹਾਡਾ ਜਿਹੜਾ ਸਟਾਈਲ ਸੀ ਨਾ ਇਹ ਕਾਫੀ ਦਿਨਾਂ ਤੋਂ ਮਿਸ ਕਰ ਰਹੇ ਸੀ ਸੋ ਹੁਣ ਤੁਸੀਂ ਫਾਰਗ ਹੋ ਹੀ ਗਏ ਹੋ ਤੁਸੀਂ ਸਟੂਡੀਓ ਦੇ ਵਿੱਚ ਆਏ ਹੋ ਤਾਂ ਹੁਣ ਬਹੁਤ ਇੰਟਰਸਟਿੰਗ ਟਾਪਿਕ ਜਿਹੜਾ ਸੁਖੀ ਜੀ ਚੋਸ ਕੀਤਾ ਅੱਜ ਅਸੀਂ ਕਿ ਜਿਹੜਾ ਰਿਲੇਸ਼ਨਸ਼ਿਪ ਹੈ ਇਹ ਹੈ ਕੀ ਹੈ ਔਰ ਸਪੈਸ਼ਲੀ ਜਿਹੜੀ ਵਿਆਹ ਦੀ ਉਮਰ ਹੁੰਦੀ ਹੈ ਉਹ ਸਹੀ ਕਿਹੜੀ ਹੁੰਦੀ ਹੈ ਸੋ ਪਹਿਲਾਂ ਤਾਂ ਤੁਸੀਂ ਆਪਣਾ ਨਜ਼ਰੀਆ ਦੱਸੋ ਵੀ ਕਿਹੜੀ ਸਟੀਕ ਉਮਰ ਜੀ ਨੂੰ ਕਹਿੰਦੇ ਨੇ ਜਿਹੜੀ ਸਹੀ ਉਮਰ ਹੁੰਦੀ ਇਹ ਬਹੁਤ ਇੱਕ ਡਿਫਿਕਲਟ ਸਵਾਲ ਆ ਸ਼ਰੀ ਜੀ ਆ ਪਰ ਇੱਕ ਆਈ ਥਿੰਕ ਆਪਣੇ ਜਿਹੜੇ ਸਮਾਜ ਦੇ ਵਿੱਚ ਇਹ ਹੁੰਦਾ ਵੀ ਜਦੋਂ ਬੱਚਾ ਜਨਮ ਲੈਂਦਾ ਘਰ ਦੇ ਵਿੱਚ ਜਿਹੜੇ ਉਹਦੇ ਸੁਪਨੇ ਆ ਉਹਦੇ ਹਜੇ ਜਨਮ ਤੋਂ 1 ਮਿੰਟ ਤੋਂ ਬਾਅਦ ਸ਼ੁਰੂ ਹੋ ਜਾਂਦੇ ਵੀ ਜਦੋਂ ਮੇਰਾ ਬੱਚਾ ਵੱਡਾ ਹੋਗਾ ਕਦੋਂ ਸਕੂਲੇ ਜਾਊਗਾ ਕਦੋਂ ਇਹ ਪੜ੍ਹੂਗਾ ਕੋਈ ਵਧੀਆ ਜੌਬ ਇਹਨੂੰ ਮਿਲੂਗੀ ਤੇ ਕਦੋਂ ਫੇਰ ਇਹ ਗਾਂ ਇਹਦਾ ਵਿਆਹ ਹੋਗਾ ਤੇ ਮੁੜ ਕੇ ਉਤੋਂ ਦੀ ਇਹਦੇ ਕਦੇ ਬੱਚੇ ਹੋਣਗੇ ਤਾਂ ਸੁਪਨੇ ਜਿਹੜੇ ਸੱਜਣੇ ਹਨਾ ਪੇਰੈਂਟਸ ਆਈ ਥਿੰਕ ਜਦੋਂ ਬੱਚਾ ਜਨਮਦਾ ਉਦੋਂ ਹੀ ਸ਼ੁਰੂ ਕਰ ਦਿੰਦੇ ਆ ਬਟ ਅੱਜ ਕੱਲ ਤੇ ਆਪਾਂ ਦੇਖਦੇ ਆ ਜੇ ਆਪਾਂ ਪ੍ਰੀਵੀਅਸ ਰਿਲੇਸ਼ਨਸ਼ਿਪਸ ਦੇਖਦੇ ਜਿਹੜੇ ਪਿਛਲੇ ਜਮਾਨੇ ਹੁੰਦੇ ਸੀਗੇ ਕੋਈ ਵਿਆਹ ਵਾਲੀ ਮੇਰੇ ਖਿਆਲ ਉਮਰ ਹੀ ਨਹੀਂ ਹੁੰਦੀ ਸੀਗੀ 13 ਸਾਲਾਂ ਤੱਕ ਮੇਰੀ ਖੁਦ ਦੀ ਭੂਆ ਵਿਆਹੀ ਗਈ ਸੀ ਤੇ ਉਹ ਮੈਨੂੰ ਦੱਸਦੀ ਹੁੰਦੀ ਕਿ 13 ਸਾਲਾਂ ਚ ਕਹਿੰਦੀ ਮੈਂ ਲਾਵਾਂ ਲਈਆਂ ਤੇਰੇ ਫੁੱਫੜ ਦੇ ਨਾਲ 15 ਸਾਲਾਂ 15 ਸਾਲਾਂ ਦੇ ਵਿੱਚ ਉਹ ਤਾਂ ਹੋਈ ਸੀ ਉਦੋਂ ਫਿਰ ਉਹਦਾ ਮਕਲਾਵਾ ਗਿਆ ਸੋ ਯੂ نو ਜਦੋਂ ਆਪਾਂ ਇਹ ਵੇਖਦੇ ਵੀ ਉਹ ਟਾਈਮ ਤੇ ਤਾਂ ਉਹ ਬੱਚੇ ਸੀਗੇ ਪਰ ਇੱਕ ਉਹ ਵੀ ਇੱਕ ਸੋਸਾਇਟੀ ਹੁੰਦੀ ਸੀਗੀ ਜਦੋਂ ਇਹ 15 ਸਾਲਾਂ ਦੇ ਇਹ ਏਜ ਵਧੀਆ ਸੀ 16 ਸਾਲਾਂ ਤੱਕ ਉਹਦਾ ਪਹਿਲਾ ਬੱਚਾ ਹੋਇਆ ਸੋ ਇਹ ਵੀ ਟਾਈਮ ਹੁੰਦੇ ਸੀਗੇ ਤੇ ਉਹ ਸਮੇਂ ਦੇ ਵਿੱਚ ਉਹ ਸਹੀ ਲੱ ਹੁਣ ਜਦੋਂ ਆਪਾਂ ਦੇਖਦੇ ਆ ਵੀ ਕਿਹੜੀ ਸਹੀ ਉਮਰ ਆ ਬੱਚੇ ਦੀ ਆਈ ਥਿੰਕ ਇਹ ਬੱਚਿਆਂ ਨੂੰ ਆਪ ਖੁਦ ਹੁਣ ਸਮਝਦਾਰ ਹੋ ਗਿਆ ਦੁਨੀਆਦਾਰੀ ਦਾ ਉਹਨਾਂ ਨੂੰ ਪਤਾ ਲੱਗਦਾ ਸਕੂਲ ਲੈ ਜਾਂਦੇ ਕਾਲਜ ਜਾਂਦੇ ਆ ਇਹੋ ਜਿਹੀ এডੂਕੇਸ਼ਨ ਉਹਨਾਂ ਨੂੰ ਮਿਲਦੀ ਆ ਮੇਰੀ ਖੁਦ ਜਿਹੜਾ ਐਕਸਪੀਰੀਅੰਸ ਮੈਨੂੰ ਲੱਗਦਾ ਜਿਹੜੀ ਮੈਚਿਓਰਿਟੀ ਕੁੜੀਆਂ ਦੇ ਵਿੱਚ ਯੂ ਨੋ 21 ਸਾਲਾਂ 25 ਸਾਲਾਂ ਤੋਂ ਬਾਅਦ ਹੁੰਦੀ ਹੈ ਜੇ ਜਿਹੜੇ ਮਰਦ ਆ ਉਹਨਾਂ ਵਿੱਚ ਥੋੜੀ ਜਿਹੀ ਲੇਟ ਆਉਂਦੀ ਹੈ ਸੋ ਮੈਨੂੰ ਜਿੱਥੇ ਲੱਗਦਾ 25 ਸਾਲਾਂ ਤੋਂ ਬਾਅਦ ਜਿਹੜੇ ਮੈਰਿਜ ਬਾਰੇ ਸੋਚਣਾ ਚਾਹੀਦਾ ਕਿਉਂਕਿ ਉਸ ਤੋਂ ਪਹਿਲਾਂ ਮੇਰੇ ਖਿਆਲ ਜਿਹੜੇ ਪੱਪੀ ਲਵ ਹੁੰਦਾ ਨਾ ਉਹ ਹੁੰਦਾ ਆ ਹਾਂ ਬਿਲਕੁਲ ਐਗਜ਼ੈਕਟਲੀ ਕਿਉਂਕਿ ਉਸ ਟਾਈਮ ਦੇ ਵਿੱਚ ਕੋਈ ਸਮਝ ਨਹੀਂ ਆਉਂਦੀ ਸਾਨੂੰ ਸਿਰਫ ਇੱਕ ਅਟਰੈਕਸ਼ਨ ਹੁੰਦੀ ਹੈ ਕਿ ਬਸ ਇਹ ਰਿਲੇਸ਼ਨਸ਼ਿਪ ਦੇ ਵਿੱਚ ਮੈਂ ਆ ਤਾਂ ਇਹ ਸਭ ਕੁਝ ਠੀਕ ਹੈ ਪਰ ਇੱਕ ਸਮਝਦਾਰੀ ਵਾਲਾ ਜਿਹੜਾ ਫੈਕਟਰ ਹੈ ਉਹ ਸਾਡੇ ਅੰਦਰ ਉਸ ਟਾਈਮ ਚੱਲ ਨਹੀਂ ਰਿਹਾ ਹੁੰਦਾ ਸ਼ਾਇਦ ਨੂੰ ਔਰ ਇਹ ਸਾਰੀਆਂ ਚੀਜ਼ਾਂ ਬਹੁਤ ਚੱਲਦੀਆਂ ਰਹਿੰਦੀਆਂ ਨੇ ਤੇ ਐਂਡ ਮੋਮੈਂਟ ਤੇ ਉੱਤੇ ਮੈਨੂੰ ਲੱਗਦਾ ਸ਼ਾਇਦ 6 ਮਹੀਨੇ ਬਾਅਦ 7 ਮਹੀਨੇ ਬਾਅਦ ਜਾਂ ਹਾਰਡਲੀ ਜੇ ਕੋਈ ਖਿੱਚ ਕੇ ਲੈ ਵੀ ਗਿਆ ਤਾਂ ਸਾਲ ਤੱਕ ਉਸ ਤੋਂ ਬਾਅਦ ਵਰਡ ਆ ਜਾਂਦਾ ਸਾਹਮਣੇ ਬ੍ਰੇਕਅਪ ਜੀ ਯੈਸ ਬ੍ਰੇਕਅਪ ਹੀ ਕੋ ਬਹੁਤ ਡੀ ਜਿੱਤੇ ਜਿੱਦਾਂ ਤੁਸੀਂ ਗੱਲ ਕਰਦੇ ਲੜਾਈ ਜਿਹੜਾ ਝਗੜਾ ਹੁੰਦਾ ਕਿਵਰੀ ਘਰ ਦੇ ਵਿੱਚ ਸ਼ੁਰੂ ਹੁੰਦਾ ਤੇ ਜਦੋਂ ਪੇਰੈਂਟਸ ਬੱਚਿਆਂ ਨੂੰ ਕਹਿ ਦਿੰਦੇ ਆ ਵੀ ਤੁਸੀਂ ਆ ਕੰਮ ਨਹੀਂ ਕਰ ਸਕਦੇ ਰੈਸਟ੍ਰਿਕਸ਼ਨਸ ਉੱਤੇ ਲਾ ਦਿੰਦੇ ਆ ਪਰ ਇੱਕ ਹਨਾ ਹੁੰਦਾ ਆ ਖਾਸ ਕਰਕੇ ਜਦੋਂ ਮੈਂ ਵੀ ਛੋਟੀ ਸੀ ਮੈਂ ਵੀ ਇਹ ਸੁਣਿਆ ਪੈਰੈਂਟਸ ਕਹਿੰਦੇ ਸੀ ਜਦੋਂ ਤੂੰ ਵਿਆਹੇਗੀ ਜੋ ਮਰਜੀ ਕਰ ਲੈ ਹਾਂ ਹਾਂ ਸੋ ਇੱਕ ਵਿਆਹ ਨਾ ਐਸਕੇਪ ਦਾ ਤਰੀਕਾ ਹੁੰਦਾ ਸੀਗਾ ਵੀ ਫੜਾਫੜ ਵਿਆਹ ਕਰ ਲਈਏ ਕਿਉਂਕਿ ਵਿਆਹ ਤੋਂ ਬਾਅਦ ਅਸੀਂ ਜੋ ਮਰਜੀ ਕਰ ਸਕਦੇ ਸਾਨੂੰ ਫ੍ਰੀडम ਮਿਲ ਜਾਣੀ ਹੈ ਸੋ ਇਹ ਇੱਕ ਹਨਾ ਹੁੰਦਾ ਸੀਗਾ ਕਿ ਓਕੇ ਵਿਆਹ ਤੋਂ ਬਾਅਦ ਆ ਜਿਹੜੀ ਫ੍ਰੀडम ਆ ਨਾ ਜਿਹੜੀ ਮੈਨੂੰ ਹੁਣ ਘਰੇ ਨਹੀਂ ਮਿਲਦੀ ਹੁਣ ਮੈਂ ਯੂ ਨੋ ਮੰਮੀ ਡੈਡੀ ਦੀ ਰੂਫ ਤੇ ਥੱਲੇ ਅਸੀਂ ਰਹਿੰਦੇ ਆ ਵੀ ਉਹ ਰੈਸਟ੍ਰਿਕਸ਼ਨਸ ਹੈਗੇ ਵਿਆਹ ਤੋਂ ਬਾਅਦ ਉਹ ਚੁ ਐਗਜ਼ੈਕਟਲੀ ਇਹ ਮਾਪਿਆਂ ਦੇ ਵੀ ਇੱਕ ਆਪਣੇ ਉਹ ਫੰਡੇ ਹੁੰਦੇ ਹਨ ਉਹਨਾਂ ਨੂੰ ਪਤਾ ਹੁੰਦਾ ਕਿ ਸਾਡਾ ਜਿਹੜਾ ਬੱਚਾ ਹੈ ਨਾ ਇਹਨੂੰ ਅਸੀਂ ਕਿਵੇਂ ਆਪਣੀਆਂ ਗੱਲਾਂ ਚਲਾਉਣਾ ਇਹਨੂੰ ਚਾਹੀਦਾ ਕੀ ਹੈ ਤਾਂ ਫਿਰ ਉਧਰ ਨੂੰ ਇਹਨੂੰ ਮੋੜ ਕਿਵੇਂ ਦੇਣਾ ਇਹਦੇ ਬਹੁਤ ਸਾਰੇ ਸਾਈਡ ਇਫੈਕਟ ਵੀ ਸ਼ਾਇਦ ਇਸੇ ਕਰਕੇ ਸੁੱਕੇ ਜਿਹੇ ਹੁੰਦੇ ਨੇ ਕਿਉਂਕਿ ਉਸ ਟਾਈਮ ਦੇ ਉੱਤੇ ਬੱਚਾ ਸਿਰਫ ਇਹ ਸੋਚਦਾ ਕਿ ਸ਼ਾਇਦ ਜਦੋਂ ਮੈਂ ਅਗਲੇ ਘਰ ਦੇ ਵਿੱਚ ਜਾਣਾ ਹੈ ਨਾ ਤੇ ਉੱਥੇ ਮੇਰੇ ਪੈਰੈਂਟਸ ਨੇ ਕਹਿ ਦਿੱਤਾ ਜਿਵੇਂ ਤੁਸੀਂ ਦੱਸਿਆ ਕਿ ਮੈਨੂੰ ਫ੍ਰੀडम ਮਿਲਣ ਵਾਲੀ ਹੈ ਪਰ ਅਗਲੇ ਘਰ ਦੇ ਵਿੱਚ ਜਾ ਕੇ ਫ੍ਰੀडम ਉੱਥੇ ਤਾਂ ਰਿਸਪਾਂਸਿਬਿਲਿਟੀਆਂ ਹੁੰਦੀਆਂ ਐਨੀਆਂ ਵੱਡੀਆਂ ਵੱਡੀਆਂ ਜ਼ਿੰਮੇਵਾਰੀਆਂ ਜਿਨ੍ਹਾਂ ਵਾਸਤੇ ਸ਼ਾਇਦ ਅਸੀਂ ਰੈਡੀ ਨਹੀਂ ਸੀਗੇ ਪੈਰੈਂਟਸ ਨੇ ਇਸ ਚੀਜ਼ ਵੱਲ ਖਾਸ ਖਿਆਲ ਨਹੀਂ ਦਿੱਤਾ ਕਿ ਬੱਚੇ ਨੂੰ ਜਿਹੜਾ ਸਾਡਾ ਜਿਹੜਾ ਬੱਚਾ ਹੈ ਉਹਨੂੰ ਅਸੀਂ ਜ਼ਿੰਮੇਵਾਰੀਆਂ ਸਿਖਾਈਏ ਕਿ ਜ਼ਿੰਮੇਵਾਰੀਆਂ ਜਿਹੜੀਆਂ ਨੇ ਉਹ ਕਿਵੇਂ ਨਿਭਾਈਆਂ ਤੇ ਉਹ ਹੁੰਦੀਆਂ ਕੀ ਕੀ ਨੇ ਜਦੋਂ ਅਗਲੇ ਘਰ ਦੇ ਵਿੱਚ ਜਾਣਾ ਹੈ ਇਸ ਤੋਂ ਪਹਿਲਾਂ ਸਾਨੂੰ ਪਾਠ ਜਿਹੜਾ ਇਹ ਪੜਾਇਆ ਜਾਣ ਲੱਗਿਆ ਵੀ ਤੈਨੂੰ ਤਾਂ ਉੱਥੇ ਜਾ ਕੇ ਬਹੁਤ ਫ੍ਰੀडम ਮਿਲੂਗੀ ਸੋ ਬੱਚੇ ਫਟਾਫਟ ਵਿਆਹ ਹੀ ਹਾਂ ਕਰ ਦਿੰਦੇ ਬਾਅਦ ਦੇ ਵਿੱਚ ਇਹ ਜਿਹੜੀਆਂ ਚੀਜ਼ਾਂ ਬਹੁਤ ਨੁਕਸਾਨਦਾਇਕ ਹੁੰਦੀਆਂ ਨੇ ਜੀ ਬਿਲਕ responsibilities ਤੁਹਾਨੂੰ ਇਹ ਨਹੀਂ ਪਤਾ ਵੀ ਤੁਸੀਂ ਆਪ ਕਿਵੇਂ ਸਟੇਬਲ ਆਪਣੀ ਲਾਈਫ ਦੇ ਵਿੱਚ ਹੋਣਾ ਤੁਸੀਂ ਇੱਕ ਜਿਹੜੀ ਫਾਈਨੈਂਸ਼ੀਅਲ ਸਟੈਬਿਲਿਟੀ ਉਹ ਬਹੁਤ ਜ਼ਰੂਰੀ ਆ ਇੱਕ ਤੁਹਾਨੂੰ ਜਿਹੜੀ ਪੜ੍ਹਾਈ ਲਿਖਾਈ ਦੀ ਆਪਣੇ ਪੈਰਾਂ ਤੇ ਖੜਨਾ ਉਹ ਜਿਹੜੀ ਜ਼ਿੰਮੇਵਾਰੀ ਬਹੁਤ ਜ਼ਿਆਦਾ ਤੁਹਾਨੂੰ ਯੂ ਹੈਵ ਟੂ ਨੋ ਥੀਸ ਥਿੰਗਸ ਬਿਫੋਰ ਯੂ ਗੇਟ ਇਨ ਟੂ ਐਨੀ ਰਿਲੇਸ਼ਨਸ਼ਿਪ ਕਿਉਂਕਿ ਜੇ ਰਿਲੇਸ਼ਨਸ਼ਿਪ ਆ ਇੱਕ ਐਨੀ ਹੁੰਦਾ ਵੀ ਯੂ نو ਸਿਰਫ ਜਿਹੜੀ ਟੀਮ ਹੀ ਆ ਉਹਨੇ ਹਸਬੰਡ ਦੀ ਰੋਟੀ ਬਕੋੜੀ ਆ ਸਹਰਿਆਂ ਦੀ ਲੋਕਾਫਟ ਕਰਨੀ ਇੱਕ ਟੀਮਵਰਕ ਐਫਰਟ ਹੁੰਦਾ ਹੈ ਤੇ ਉਹ ਅੱਜਕੱਲ ਆਪਾਂ ਵੇਖਦੇ ਆ ਜ਼ਿਆਦਾ ਕੁਝ ਹੋਣ ਵੀ ਲੱਗ ਪਿਆ ਆ ਕਿ ਜਿਹੜੀਆਂ ਔਰਤਾਂ ਉਹ ਕੰਮ ਕਰਦੀਆਂ ਜਿਹੜੇ ਹਾਊਸ ਹਸਬੈਂਡ ਹੋਣਾ ਆਪਾਂ ਕਹਿ ਸਕਦੇ ਆ ਉਹ ਆਪਾਂ ਬਹੁਤ ਵੱਡੀ ਗਿਣਤੀ ਦੇ ਵਿੱਚ ਅੱਜ ਕੱਲ੍ਹ ਵੇਖ ਰਹੇ ਆ ਸੋ ਜਿਹੜੀ ਟੀਮ ਵਰਕ ਆ ਇਹ ਜਿਹੜੇ ਆਈ ਥਿੰਕ ਬੱਚਿਆਂ ਨੂੰ ਸਿਖਾ ਲੈਣੀ ਫਰਮ ਐਨ अर्ਲੀਏਜ ਬਹੁਤ ਜ਼ਰੂਰੀ ਆ ਬਿਕਾਜ਼ ਐਨੀ ਵੀ ਤੁਸੀਂ ਬੱਚੇ ਨੂੰ ਵਿਆਹ ਕੇ ਤੇ ਸੌਰਿਆਂ ਦਾ ਘਰ ਸੈੱਟ ਦਿਵਾਓ ਤੇ ਫਿਰ ਹਨਾ ਮੈਜੀਕਲੀ ਸਾਰਾ ਕੁਝ ਠੀਕ ਹੋ ਜਾਣਾ ਆ ਕਿਉਂਕਿ ਆਪਾਂ ਵੇਖਦੇ ਆ ਵੀ ਜਿਹੜੇ ਜਦੋਂ ਸਟੈਟਿਸਟਿਕਸ ਅਸੀਂ ਵੇਖਦੇ ਆ ਵੀ ਜਿਹੜੀ ਸੋਸਾਇਟੀ ਤੇ ਸਾਡੇ ਪ੍ਰੈਸ਼ਰ ਆ ਕੋਈ ਵੀ 언ਹੈਪੀ ਮੈਰਿਜ ਦੇ ਵਿੱਚ ਕੇ ਬੜੀ 15-15 ਸਾਲ 20 ਕਹਿੰਦੇ ਆ ਕਿ ਘਰ ਦੇ ਕਹਿੰਦੇ ਵੀ ਤੂੰ ਛੱਡ ਛੜਾਈਆਂ ਨਹੀਂ ਕਰ ਸਕਦੇ ਤੁਸੀਂ ਡਿਵੋਰਸ ਨਹੀਂ ਕਰ ਸਕਦੇ ਸਾਊਥ ਏਸ਼ੀਆ ਦੀ ਜਿਹੜੀ ਡਿਵੋਰਸ ਰੇਟ ਆ ਜੇ ਆਪਾਂ ਦੇਖੀਏ ਸਟੈਟਿਸਟਿਕਸ ਦੇ ਵਿੱਚ ਬਹੁਤ ਘਟਿਆ ਕੰਪੇਅਰ ਟੂ ਅਦਰ ਕਲਚਰਸ ਜੀ ਐਂਡ ਹੱਫ ਆਫ ਦੋਜ਼ ਪੀਪਲ ਆਰ ਫੋਰਸਡ ਟੂ ਸਟੇ ਇਨ ਥੈਟ ਮੈਰਿਜ ਕਿ ਤੂੰ ਸੀ ਘਰੇ ਨਹੀਂ ਵਾਪਸ ਹੋਣਾ ਜਿੱਦਾਂ ਮਰਜੀ ਆ ਬੱਚਿਆਂ ਦੇ ਖਾਤਰ ਸੋਸਾਇਟੀ ਦੇ ਖਾਤਰ ਮਾਪਿਆਂ ਦੇ ਖਾਤਰ ਤੁਸੀਂ ਇਸ ਮੈਰਿਜ ਦੇ ਵਿੱਚ ਰਹਿਣਾ ਹੀ ਰਹਿਣਾ ਹਾਂ ਬਿਲਕੁਲ ਔਰ ਇਹਦੇ ਵਿੱਚ ਕੋਈ ਇਹ ਨਹੀਂ ਹੈ ਕਿ ਸੁਕੇ ਜੇ ਅਸੀਂ ਗੱਲ ਕਰ ਲਈਏ ਕਿ ਸ਼ਾਇਦ ਕੁੜੀਆਂ ਨਾਲੇ ਹੁੰਦਾ ਹੈ ਜਾਂ ਮੁੰਡਿਆਂ ਨਾਲ ਇਹ ਦੋਵੇਂ ਪਾਸੇ ਹੀ ਹੈ ਬਿਲਕੁਲ ਇਹ ਮੁੰਡੇ ਲਈ ਵੀ ਉਹਨੇ ਹੀ ਇੰਪੋਰਟੈਂਟ ਚੀਜ਼ ਹੈ ਕੁੜੀ ਲਈ ਵੀ ਤੇ ਜੇ ਨੁਕਸਾਨ ਕੁੜੀ ਦਾ ਹੁੰਦਾ ਤਾਂ ਮੁੰਡੇ ਦਾ ਵੀ ਓਨਾ ਹੀ ਹੁੰਦਾ ਦੋਵਾਂ ਦਾ ਬਹੁਤ ਜ਼ਿਆਦਾ ਨੁਕਸਾਨ ਹੁੰਦਾ ਬਹੁਤ ਸਾਰੇ ਰਿਲੇਸ਼ਨਸ਼ਿਪ ਅਸੀਂ ਇਦਾਂ ਦੇ ਵੀ ਦੇਖੇ ਨੇ ਜਿਹੜੇ ਕਿ ਸ਼ੁਰੂ ਤੋਂ ਟਕਰਾਅ ਵਾਲੀ ਸਿਚੁਏਸ਼ਨ ਦੇ ਵਿੱਚ ਹੋਏ ਸ਼ੁਰੂ ਤੋਂ ਬਣੀ ਨਹੀਂ ਕੁੜੀ ਨੂੰ ਰਹਿਣਾ ਨਹੀਂ ਆ ਰਿਆ ਸੀ ਮੁੰਡੇ ਨੂੰ ਰਹਿਣਾ ਨਹੀਂ ਆ ਰਿਆ ਸੀਗਾ ਆਪਸ ਦੇ ਵਿੱਚ ਬੰਨ ਨਹੀਂ ਰਹੀ ਸੀ ਉਹ ਰਿਸਪੌਂਸਿਬਿਲਟੀਜ਼ ਜਿਹੜੀਆਂ ਨੇ ਜਾਂ ਸ਼ਾਇਦ ਜਿਵੇਂ ਕਈ ਕੁੜੀਆਂ ਨੂੰ ਇਹ ਕਹਿ ਦਿੱਤਾ ਜਾਂਦਾ ਵੀ ਤੈਨੂੰ ਤਾਂ ਸਹੁਰੇ ਘਰ ਜਾ ਕੇ ਫ੍ਰੀडम ਮਿਲਣ ਆਲਾ ਹੈ ਇਹ ਇੱਥੇ ਤੋਂ ਨਹੀਂ ਹੈ ਨਾ ਉੱਥੇ ਜਾ ਕੇ ਤੂੰ ਵਿਆਹ ਤੋਂ ਬਾਅਦ ਇਹ ਸਾਰੀਆਂ ਚੀਜ਼ਾਂ ਕਰ ਸਕਦੀਆਂ ਤਾਂ ਉਹ 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 ਫ੍ਰੀडम ਪਾ ਲੈ ਲ ਤੋ ਬਾਤ ਮੇਰੀ ਆਜ਼ਾਦੀ ਹੈ ਤੇ ਬਾਦ ਦੇ ਵਿੱਚ ਕੋਈ ਨਾ ਕੋਈ ਦੋਨਾਂ ਦੇ ਵਿੱਚੋਂ ਜਾਂ ਤਾਂ ਦੋਨੋਂ ਹੀ ਇੱਕੋ ਹੀ ਸੋਚ ਵਾਲੇ ਹੋਣ ਪਰ ਐਦਾਂ ਬਹੁਤ ਹੀ ਘੱਟ ਕੇਸਿਸ ਦੇ ਵਿੱਚ ਹੁੰਦਾ ਹੈ ਤੇ ਜਦੋਂ ਐਦਾਂ ਦੇ ਕੇਸਿਸ ਆ ਜਾਂਦੇ ਨੇ ਤਾਂ ਫਿਰ ਇੱਕ ਦੂਜੇ ਨੂੰ ਸਮਝਣ ਦੇ ਵਿੱਚ ਜਾਂ ਮੈਨੂੰ ਫ੍ਰੀडम ਨਹੀਂ ਮਿਲ ਰਿਆ ਮੈਨੂੰ ਤਾਂ ਰਿਸਟ੍ਰਿਕਸ਼ਨਸ ਲੱਗ ਰਹੀਆਂ ਨੇ ਫਿਰ ਲੜਾਈ ਝਗੜੇ ਤੋਂ ਸ਼ੁਰੂਆਤ ਹੁੰਦੇ ਹੁੰਦੇ ਕਈ ਕੇਸਿਸ ਇਦਾਂ ਦੇ ਨੇ ਜਿਹੜੇ ਬਾਅਦ ਦੇ ਵਿੱਚ ਨਾ ਹੌਲੀ-ਹੌਲੀ ਆਪਣੇ ਆਪ ਹੀ ਠੀਕ ਹੋ ਜਾਂਦੇ ਨੇ ਮਤਲਬ ਇਦਾਂ ਦੇ ਵੀ ਅਸੀਂ ਬਹੁਤ ਸਾਰੇ ਕੇਸ ਦੇਖੇ ਨੇ ਰਿਲੇਸ਼ਨਸ਼ਿਪ ਜਿਹੜੇ ਬਾਅਦ ਦੇ ਵਿੱਚ ਇੱਕ ਦੂਜੇ ਨੂੰ ਲੜਾਈ ਝਗੜੇ ਤੋਂ ਬਾਅਦ ਸਮਝ ਸਮਝ ਕੇ ਇਕੱਠੇ ਨਾਲ ਰਹਿਣ ਲੱਗ ਜਾਂਦੇ ਨੇ ਉਹਨਾਂ ਨੂੰ ਪਤਾ ਲੱਗ ਜਾਂਦਾ ਕਿ ਠੀਕ ਹੈ ਯਾਰ ਹੁਣ ਇਹ ਹੀ ਮੇਰੀ ਲਾਈਫ ਹੈ ਤੇ ਠੀਕ ਹੈ ਵਧੀਆ ਚਲੋ ਪਹਿਲਾਂ ਨਹੀਂ ਇੱਕ ਦੂਜੇ ਨੂੰ ਸਮਝ ਪਾਰੇ ਸੀ ਪ੍ਰੋਬਲਮਸ ਆ ਗਈਆਂ ਬਟ ਹੁਣ ਅਸੀਂ ਇੱਕ ਦੂਜੇ ਨੂੰ ਸਮਝ ਪਾ ਰਹੇ ਹਾਂ ਤੇ ਦੂਜੇ ਜੇ ਪਾਸੇ ਅਸੀਂ ਦੂਜੀ ਤਸਵੀਰ ਦੇਖੀਏ ਤਾਂ ਇਦਾਂ ਦੇ ਰਿਲੇਸ਼ਨਸ਼ਿਪ ਐਂਡ ਦੇ ਵਿੱਚ ਵਿਆਹ ਤੋਂ ਬਾਅਦ ਬਹੁਤ ਸਾਰੇ ਜ ਉਹ ਟੁੱਟ ਜਾਂਦੇ ਨੇ ਰਿਲੇਸ਼ਨਸ਼ਿਪ ਜਿਹਨੂੰ ਆਪਾਂ ਬ੍ਰੇਕਅਪ ਕਹਿ ਲੈਂਦੇ ਆ ਜਦੋਂ ਸੁਖੀ ਜੀ ਤੁਸੀਂ ਤਾਂ ਵੈਸੇ ਵੀ ਕੈਨੇਡੀਅਨ ਬੌਰਨ ਹੋ ਤੁਸੀਂ ਤਾਂ ਗੋਰਿਆਂ ਦੀ ਵੀ ਲਾਈਫ ਇੱਕ ਅਲੱਗ ਨਜ਼ਰੀਆ ਤੁਹਾਡਾ ਗੋਰਿਆਂ ਦੀ ਲਾਈਫ ਵੀ ਦੇਖੀ ਹੋਈ ਹੈ ਤੇ ਜਦੋਂ ਤੁਹਾਨੂੰ ਲੱਗਦਾ ਵੀ ਜਦੋਂ ਸਾਡੀ ਇੱਥੇ ਇੰਡੀਅਨ ਕਮਿਊਨਿਟੀ ਵੀ ਰਹਿੰਦੀ ਹੈ ਗੋਰਿਆਂ ਦੇ ਵਿੱਚ ਤਾਂ ਗੋਰਿਆਂ ਦੇ ਲਿਵਿੰਗ ਸਟਾਈਲ ਦਾ ਫਰਕ ਸਾਡੀ ਇੰਡੀਅਨ ਕਮਿਊਨਿਟੀ ਦੇ ਉੱਤੇ ਪੈਂਦਾ ਖਾਸ ਕਰਕੇ ਰਿਲੇਸ਼ਨਸ਼ਿਪ ਨੂੰ ਲੈ ਕੇ ਜੀ ਆ ਮੇਰਾ ਖਿਆਲ ਇੰਨਾ ਅਸਰ ਅਬਾਊਟ ਜੇ ਆਪਾਂ ਗੱਲ ਕਰੀਏ 20 ਸਾਲ ਪਹਿਲਾਂ ਨਹੀਂ ਸੀਗਾ ਕਿ 20 ਸਾਲ ਪਹਿਲਾਂ ਜਿਨੇ ਸਾਡੇ ਬੱਚਿਆਂ ਦੇ ਉੱਤੇ ਰੈਸਟ੍ਰਿਕਸ਼ਨ ਸੀਗੀਆਂ ਬਹੁਤ ਜ਼ਿਆਦੀਆਂ ਸੀ ਖਾਸ ਕਰਕੇ ਘਰਦਿਆਂ ਨੂੰ ਲੈ ਕੇ ਜਿਹਨੇ ਪੇਰੈਂ ਉਹਨਾਂ ਨੇ ਬਹੁਤ ਯੂ ਨੋ ਵੀ ਤੁਸੀਂ ਸਕੂਲੋਂ ਸਿੱਧੇ ਘਰੇ ਆਉਣਾ ਬਾਹਰ ਨਹੀਂ ਕਿਤੇ ਜਾਣਾ ਮੂਵੀਸ ਨਹੀਂ ਜਾ ਸਕਦੇ ਜੇ ਆਪਾਂ ਦੇਖੀਏ ਅੱਜ ਦੇ ਨਿਆਣੇ ਨੂੰ ਥੋੜੀ ਜਿਹੀ ਮੇਰੇ ਖਿਆਲ ਸਾਢੇ ਵਰਗਿਆਂ ਨੇ ਉਹ ਜਿਹੜੀ ਆ ਉਹ ਪੈਥੇ ਉਹਨਾਂ ਦੇ ਵਾਸਤੇ ਇੱਕ ਪੇਵ ਕਰ ਦਿੱਤੀ ਆ ਉਹਨਾਂ ਵਾਸਤੇ ਥੋੜਾ ਜਿਹਾ ਆਸਾਨ ਹੋ ਗਿਆ ਹੁਣ ਅੱਜ ਕੱਲ ਨਿਆਣੇ ਯੂ ਨੋ ਆਪਣੇ ਫਰੈਂਡਸ ਨਾਲ ਹੈਂਗਆਊਟ ਵੀ ਕਰ ਸਕਦੇ ਆ ਮੂਵੀਜ਼ ਤੇ ਵੀ ਜਾ ਸਕਦੇ ਆ ਸੋਸ਼ਲ ਮੀਡੀਆ ਦਾ ਇੱਕ ਯੁੱਗ ਆ ਗਿਆ ਜਿੱਥੇ ਇੰਟਰੋਡਕਸ਼ਨਸ ਹੋ ਜਾਂਦੀਆਂ ਸੀਗੀਆਂ ਨਹੀਂ ਤਾਂ ਯੂ نو ਬੋਏਫ੍ਰੈਂਡ ਗਰਲਫ੍ਰੈਂਡ ਵਰਨਾ ਬੋ ਕਾਸੀਗਾ ਜੇ ਤੁਸੀਂ ਘਰੇ ਆਪਣੇ ਮਾਪਿਆਂ ਕੋਲ ਹੀ ਬੈਠੇ ਰਹਿਣਾ ਸੀ ਹੁਣ ਸੋਸ਼ਲ ਮੀਡੀਆ ਹੈ ਗਿਆ ਨਿਆਣੇ ਉੱਠਦੇ ਬੈੰਦੇ ਆ ਸੋ ਇਹ ਜਿਹੜਾ ਕਰਾਸ ਕਲਚਰ ਆ ਥੋੜਾ ਜਿਹਾ ਹੁਣ ਮੇਰੇ ਖਿਆਲ ਇੱਧਰ ਮਿਕਸ ਹੋਈ ਜਾਂਦਾ ਆ ਸੋ ਉਹਦਾ ਕਰਕੇ ਜਿਹੜੇ ਉੱਧਰਲੇ ਥੋੜੇ ਜਿਹਾ ਰਿਵਾਜ ਆ ਉਹ ਵੀ ਅਸੀਂ ਇੱਧਰ ਐਡਾਪਟ ਕਰੀ ਜਾਂਦੇ ਹਾਂ ਅਸੀਂ ਬਾਹਲੇ ਕੰਟਰੀਜ਼ ਆਏ ਆ ਅਸੀਂ ਉਹਨਾਂ ਦੇ ਜਿਹੜੇ ਢੀ ਦਰ ਦੇ ਇੱਥੇ ਕਿ ਆਬਵੀਸਲੀ ਯੂ نو ਸਾਡਾ ਅਸੀਂ ਇੱਥੇ ਰਹਿ ਰਹੇ ਆ ਵੀ ਹਵ ਟੂ ਸਨ ਸਕੂਲਸ ਦੇ ਵਿੱਚ ਸਿਖਾਇਆ ਜਾਂਦਾ ਆ ਤੇ ਹੁਣੇ ਮੇਰਾ ਖਿਆਲ ਜਿਹੜਾ ਇੱਕ ਹੋਰ ਜਿਹੜਾ ਰਵਾਜ਼ ਆ ਜਿਹੜਾ ਅਸੀਂ ਹੌਲੀ ਹੌਲੀ ਸਾਡਾ ਜਿਹੜਾ ਕਮਿਊਨਿਟੀ ਅਡਾਪਟ ਕਰ ਰਹੀ ਆ ਉਹ ਹੈਗਾ ਕਾਮਨ ਲਾ ਸੋ ਕਾਮਨ ਲਾਈਕ ਅ ਰਿਲੇਸ਼ਨਸ਼ਿਪ ਯਾ ਜਿਹੜਾ ਆਪਾਂ ਕਹਿ ਸਕਦੇ ਕੋਈ ਸੈਰੇਮੋਨੀ ਨਹੀਂ ਹੁੰਦੀ ਕੋਈ ਵਿਆਹ ਨਹੀਂ ਹੁੰਦਾ ਸਿਰਫ ਕਾਮਨ ਲੋ ਦੇ ਵਿੱਚ ਸੁਖੀ ਜੀ ਕੀ ਕੀ ਹੁੰਦਾ ਇਸ ਵਿੱਚ ਸੋ ਬੇਸਿਕਲੀ ਇਹ ਆ ਕਿ ਆਪਾਂ ਪਹਿਲਾਂ ਵਿਆਹ ਤੋਂ ਪਹਿਲਾਂ ਇੱਕ ਦੂਜੇ ਨਾਲ ਰਹਿ ਕੇ ਦੇਖੀਏ ਜਿੱਦਾਂ ਤੁਸੀਂ ਗੱਲ ਕਰਦੇ ਸੀਗੀ ਵੀ ਪਹਿਲਾ ਪਹਿਲਾ ਆਪਾਂ ਹੁਣ ਜਾਣਦੇ ਆ ਉਹ ਜਿਹੜਾ ਹਨੀਮੂਨ ਪੀਰੀਅਡ ਹੈ ਉਹ ਬਹੁਤ ਛੇਤੀ ਖਤਮ ਹੋ ਜਾਂਦਾ ਹੈ ਵਿਆਹ ਤੋਂ ਬਾਅਦ ਸੋ ਯੂ نو ਸਾਲ ਛੇ ਮਹੀਨੇ ਹੋ ਰਹਿੰਦਾ ਉਹ ਤੋਂ ਬਾਅਦ ਆ ਇੱਕ ਦੂਜੇ ਦੇ ਹੈਬਿਟਸ ਦਾ ਤੁਹਾਨੂੰ ਪਤਾ ਲੱਗ ਜਾਂਦਾ ਅਗਲਾ ਕਿਵੇਂ ਉੱਠਦਾ ਆ ਕਲੀਨ ਕਿੰਨੇ ਆ ਉਹ ਘਰ ਦੇ ਕੰਮ ਦੇ ਵਿੱਚ ਹੱਥ ਕਿੱਦਾਂ ਵੜਾਉਂ ਕਿ ਆਈ ਥਿੰਕ ਇੱਕ ਟੈਬੂ ਸਬਜੈਕਟ ਹੈ ਹਾਲੇ ਵੀ ਸਿਰਫ ਸਾਡੇ ਕਲਚਰ ਦੇ ਵਿੱਚ ਨਹੀਂ ਹੋਰ ਵੀ ਜਿੱਦਾਂ ਆਪਾਂ ਗੋਰਿਆਂ ਦੇ ਕਲਚਰ ਚ ਵੀ ਵੇਖਦੇ ਆ ਵੀ ਤੁਸੀਂ ਵਿਆਹ ਤੋਂ ਪਹਿਲਾਂ ਇੱਕ ਦੂਜੇ ਨਾਲ ਕਿਵੇਂ ਰਹਿ ਸਕਦੇ ਆ ਯੂ نو ਇਹ ਕਿਦਾਂ ਦਾ ਹੈ ਲੋਕ ਕੀ ਕੀ ਕਹਿਣਗੇ ਸਮਾਜ ਕੀ ਕਹਿੰਦਾ ਪਰ ਹੁਣ ਸਾਡੇ ਸਾਊਥ ਏਸ਼ੀਅਨ ਕਲਚਰ ਦੇ ਵਿੱਚ ਇਹ ਕਾਮਨ ਹੋਣ ਲੱਗ ਪਿਆ ਆ ਯੂ نو ਆਬਵੀਅਸਲੀ ਮੇਰਾ ਖਿਆਲ ਜਿੱਦਾਂ ਆਪਾਂ ਕਹਿ ਸਕਦੇ ਆ ਵੀ ਡਿਵੋਰਸ ਦੇ ਉੱਤੇ ਫਰਾਉਂ ਕੀਤਾ ਜਾਂਦਾ ਆ ਪਰ ਡਿਵੋਰਸ ਤੋਂ ਪਹਿਲਾਂ ਜੇ ਕਾਮਨ ਲਾ ਰੈਲਨ ਜੇ ਕਿ ਦੂਜੇ ਦਾ ਪਤਾ ਲੱਗ ਜਾਣ ਕਿੰਦੇ ਵੀ ਜਿੰਨੇ ਹਨ ਮੈਰਿਜਸ ਐਂਟੀਸਿਪੇਟ ਕਰਦੇ ਸੀ 6% ਹੈ mm -hmm. ਉਹ ਇੱਕ ਦੂਜੇ ਨਾਲ ਬ੍ਰੇਕਅਪ ਕਰ ਲੈਂਦੇ ਆ ਕਾਮਨ ਆ ਰੱਖ ਕੇ ਵੀ ਆਪਾਂ ਇੱਕ ਦੂਜੇ ਨਾਲ ਨਹੀਂ ਰਹਿ ਸਕਦੇ ਓਕੇ ਪਰ ਕੀ ਇਹ ਜਿਹੜਾ ਮਤਲਬ ਇਹਨੂੰ ਐਕਸਪੈਰੀਮੈਂਟ ਕਵਾਂਗੇ ਮੈਂ ਸੁਖੀ ਜੀ ਇਹ ਜਿਹੜਾ ਐਕਸਪੈਰੀਮੈਂਟ ਹੈ ਕਿ ਇਹ ਸਹੀ ਐਕਸਪੈਰੀਮੈਂਟ ਕਿਉਂਕਿ ਮੈਂ ਜਿੰਨਾ ਮੈਂ ਇੰਡੀਅਨ ਸਮਾਜ ਨੂੰ ਜ਼ਿਆਦਾ ਨਜ਼ਦੀਕੀ ਤੋਂ ਦੇਖਿਆ ਮੈਂ ਇੰਡੀਆ ਨਾ ਔਰ ਉਸ ਸਮਾਜ ਦੇ ਵਿੱਚ ਤਾਂ ਇਸ ਚੀਜ਼ ਵਾਸਤੇ ਕੋਈ ਜਗ੍ਹਾ ਹੀ ਨਹੀਂ ਹੈ ਮੈਂ ਪੰਜਾਬ ਤੋਂ ਆਈ ਆ ਮਤਲਬ ਮੈਂ ਉੱਥੇ ਵੀ ਦੇਖਿਆ ਹੈ ਇੰਡੀਆ ਦੇ ਵਿੱਚ ਇਹ ਕਲਚਰ ਦੇ ਵਿੱਚ ਇਹ ਗੀਰਿਆ ਨਹੀਂ ਜਾਂਦਾ ਕਿ ਤੁਸੀਂ ਕਿਵੇਂ ਪਹਿਲਾਂ ਰਹਿ ਲਓ ਔਰ ਇਹਦੇ ਆਪਾਂ ਜੇ ਆਪਣੇ ਨਜ਼ਰੀਏ ਤੋਂ ਵੀ ਦੇਖਿਆ ਜਾਏ ਤਾਂ ਸਾਈਡ ਇਫ ਇੱਕ ਤਾਂ ਜਦੋਂ ਨਾਲ ਅਸੀਂ ਰਹਿ ਲੈਨੇ ਆ ਠੀਕ ਹੈ ਨਾਲ ਰਹਿ ਲੈ ਅੰਡਰਸਟੈਂਡ ਕਰ ਰਹੇ ਆ ਕਿ ਦੂਜੇ ਨੂੰ ਸਾਨੂੰ ਪਤਾ ਹੈ ਕਿ ਸਾਡਾ ਐਕਸਪੈਰੀਮੈਂਟ ਪੀਰੀਅਡ ਯੂ نو ਚੱਲ ਰਿਹਾ ਸੋ ਹੁਣ ਅਸੀਂ ਨਾਲ ਰਹਿ ਰਹੇ ਆ ਸਮਝ ਰਹੇ ਆ ਸਾਰੀਆਂ ਚੀਜ਼ਾਂ ਬਟ ਇੱਕ ਕੁੜੀ ਤੇ ਮੁੰਡੇ ਦਾ ਇਸ ਤਰੀਕੇ ਨਾਲ ਨਾਲ ਰਹਿਣਾ ਫਿਰ ਉਸ ਤੋਂ ਬਾਅਦ ਕੀ ਹੁੰਦਾ 6 ਮਹੀਨੇ ਰਹਿ ਕੇ ਦੇਖਣੇ ਆ ਆਪਾਂ 3 ਮਹੀਨੇ ਰਹਿ ਕੇ ਦੇਖਣੀ ਆ ਆਪਾਂ 1 ਸਾਲ ਰਹਿ ਕੇ ਦੇਖਣਾ देन ਉਸ ਤੋਂ ਬਾਅਦ ਵੀਲ ਡਿਸਾਈਡ ਕਿ ਅੱਗੇ ਕਰਨਾ ਕੀ ਹੈ ਤੇ ਹੁਣ ਜੇ ਮਨ ਲੋ ਵੀ ਉਸ ਤੋਂ ਬਾਅਦ ਨਹੀਂ ਬਣੀ ਬਹੁਤ ਸਾਰੀਆਂ ਕਮੀਆਂ ਦਿਖਾਈ ਦੇ ਦਿੱਤੀਆਂ ਜਾਂ ਕਈ ਕਈ ਮੂਡ ਦੇ ਉੱਤੇ ਡਿਪੈਂਡ ਕਰ ਜਾਂਦੀ ਆ ਵੀ ਨਹੀਂ ਯਾਰ ਇਹ ਬੰਦਾ ਮੈਨ ਲੈਟਸ ਚੇਂਜ ਮਤਲਬ ਆਪਣੇ ਮੂਡ ਦੇ ਅਕੋਰਡਿੰਗਲੀ ਚੇਂਜ ਕਰ ਲੋ ਸਾਰਾ ਕੁਝ ਪਰ ਇਹ ਕਿਤੇ ਨਾ ਕਿਤੇ ਤਾਂ ਆਪਣੀ ਜ਼ਿੰਦਗੀ ਦੇ ਉੱਤੇ ਨੁਕਸਾਨ ਤਾਂ ਪਾਉਂਦਾ ਹੀ ਆ ਨਾ ਕਿ ਜਦੋਂ ਸਾਨੂੰ ਲੋਕਾਂ ਦੀਆਂ ਗੱਲਾਂ ਸੁਣੀਆਂ ਪੈਣਗੀਆਂ ਤੇ ਉਹ ਸਾਰੇ ਇੱਕੋ ਗੱਲ ਨੂੰ ਇਹੀ ਦੁਹਰਾਉਂਦੇ ਨੇ ਕਿ ਹਾਂ ਇਹ ਤਾਂ ਪਹਿਲਾਂ ਉਹਦੇ ਨਾਲ ਰਹੀ ਆ ਜਾਂ ਇਹ ਪਹਿਲਾਂ ਉਹਦੇ ਨਾਲ ਰਹਿ ਚੁੱਕਿਆ ਹੋਇਆ ਸੋ ਬਾਅਦ ਦੇ ਵਿੱਚ ਜਿਹੜੇ ਸਾਈਡ ਇਫੈਕਟ ਇਸ ਚੀਜ਼ ਦੇ ਬਹੁਤ ਵੱਡੇ ਲੈਵਲ ਦੇ ਉੱਤੇ ਪੈ ਸਕਦੇ ਨੇ ਇੱਕ ਗੱਲ ਮੈਂ ਤੁਹਾਨੂੰ ਪੁੱਛ ਸਕਦੀ ਆ ਜਿਹੜੇ ਡਿਵੋਰਸ ਦੇ ਸਾਈਡ ਇਫੈਕਟ ਆ ਉਹਦੇ ਕੀ ਆ ਆਲਮੋਸਟ ਦ ਸੇਮ ਰਾਈਟ ਲੋਕੀ ਕੀ ਕਹਿਣਗੇ ਸਮਾਜ ਕੀ ਕਹੂਗਾ ਇਹ ਤਾਂ ਛੱਡੀ ਹੋਈ ਆ ਇਹ ਤਾਂ ਤਾਂ ਪਹਿਲਾ ਵਿਆਹ ਹੋਇਆ ਸੀਗਾ ਸੋ ਇਟਸ ਆਲਮੋਸਟ ਦ ਸੇਮ ਬਟ ਯੂ نو 15 ਸਾਲ ਤੁਸੀਂ ਕਿਤੇ ਰਹਿਣਾ ਆ ਕਰਕੇ ਤੁਹਾਡੇ ਕੋਲ ਇੱਕ ਪੀਸ ਆ ਪੇਪਰ ਆ ਜਿਹਨੇ ਤੁਹਾਨੂੰ ਬਾਈਂਡ ਕੀਤਾ ਹੋਇਆ ਤੁਸੀਂ ਲਾਵਾਂ ਲਈਆਂ ਤੁਸੀਂ ਇੱਕ ਸੈਰੇਮੋਨੀ ਕੀਤੀ ਹੋਈ ਆ ਉਹਦਾ ਕਰਕੇ ਤੁਸੀਂ ਬਾਉਂਡ ਆ ਤੁਹਾਨੂੰ ਉੱਥੇ ਰਹਿਣਾ ਪੈਂਦਾ ਹੈ ਨਾ ਤਾਂ ਨੂੰ ਮਾਪੇ ਤੁਹਾਡੇ ਕਹਿੰਦੇ ਵੀ ਤੁਸੀਂ ਵਾਪਸ ਘਰੇ ਨਹੀਂ ਆਉਣਾ ਤੁਸੀਂ ਬਸ ਤੁਹਾਡੇ ਬੱਚੇ ਆ ਬਸ ਇਹੀ ਤੁਹਾਡੇ ਬਸ ਇਹੀ ਆ ਸੋ ਗਲਤ ਉੱਥੇ ਆ ਜਾਂਦੀ ਆ ਪਰ ਇਹ ਤੁਸੀਂ ਯੂ نو ਗੱਲ ਕਰ ਸਕਦੇ ਇੱਕ ਪਰਮਨੈਂਟ ਕੇਵਰੀ ਪਰਮਨੈਂਟ ਸਬਸਟੀਟਿਊਟ ਵੀ ਹੋ ਜਾਂਦਾ ਹੈ ਇਹ ਮੈਰਿਜ ਦਾ ਕਿ ਲੋਕ ਇਹੋ ਜੇ ਕਾਮਨ ਲਾ ਦੇ ਵਿੱਚ ਰਹਿ ਰਹੇ ਆ ਜਿਨ੍ਹਾਂ ਨੇ ਯੂ نو ਬੀ ਵੀ 25 25 ਸਾਲ ਹੋ ਗਿਆ ਉਹਨਾਂ ਨੇ ਕਦੀ ਵਿਆਹ ਕਰਾਇਆ ਨਹੀਂ ਤੇ ਉਹ ਬੜੇ ਸੋਹਣੇ ਤੁਸੀਂ ਕਹਿ ਸਕਦੇ ਇੱਕ ਉਹਨਾਂ ਨੇ ਇੱਕ ਕੰਪਰੋਮਾਈਜ਼ ਕੀਤਾ ਹੋਇਆ ਕਿ ਆਪਾਂ ਇਦਾਂ ਹੀ ਰਹਿਣਾ ਆ ਸਾਨੂੰ ਕੋਈ ਪੇਪਰ ਨਹੀਂ ਚਾਹੀਦਾ ਮੈਨੂੰ ਕੋਈ ਮੰਦੀ ਨਹੀਂ ਚਾਹੀਦੀ ਆਪਣੀ ਉਂਗਲ ਦੇ ਉੱਤੇ ਵੀ ਆਪਾਂ ਇਦਾਂ ਹੀ ਰਹਿਣਾ ਆ So, you know, I think, um, ਜੇ ਤੁਸੀਂ ਸਮਾਜ ਦੀ ਗੱਲ ਕਰਦੇ ਆਂ ਹਾਂ ਯੂ نو ਸਮਾਜ ਨੇ ਤਾਂ ਕਹਿਣਾ ਆ ਪੇਰੈਂਟਸ ਨੇ ਵੀ ਕਹਿਣਾ ਆ ਬਟ ਥੋੜਾ ਜਿਹਾ ਜੇ ਆਪਾਂ ਓਪਨ ਮਾਈਂਡਨੈਸ ਇਹਦੇ ਵਿੱਚ ਰੱਖੀਏ ਯੂ نو ਇਟਸ ਬੈਟਰ ਟੂ ਦੋ ਯੂ ਵਾਂਟ ਟੂ ਸੀ ਵਿਆਹਾਂ ਡਿਵੋਰਸ ਹੁੰਦੇ ਆ ਲੀਗਲ ਫੀਸ ਕਿੰਨੀਆਂ ਹੁੰਦੀਆਂ ਹੋਰ ਚੀਜ਼ਾਂ ਹੁੰਦੀਆਂ ਆ ਯੂ نو ਅਨਲੈਸ ਤੁਸੀਂ ਇੱਕ ਪ੍ਰੀਨੱਪ ਬਣਾਉਂਦੇ ਆਂ ਹਾਂ ਜਦ ਤੁਸੀਂ ਕਾਮਨ ਆ ਰਹਿੰਦੇ ਓਦੋਂ ਵੀ ਤੁਹਾਨੂੰ ਹੱਕ ਹੁੰਦੇ ਆ ਇਹ ਨਹੀਂ ਕਿ ਤੁਸੀਂ ਕਾਮਨ ਆ ਰਹਿ ਕੇ ਵੀ ਜੇ ਯੂ نو ਤੁਹਾਡਾ ਜਨਨ ਤੁਸੀਂ ਰਹਿੰਦੇ ਤੁਹਾਡਾ ਪਾਰਟਨਰ ਕਹਿੰਦਾ ਓਕੇ ਤੂੰ ਕਾਮਨਾ ਕਰ ਮੈਂ ਤੈਨੂੰ ਸਪੋਰਟ ਕਰਾਂ ਬਾਅਦ ਚੋਂ ਤੁਹਾਨੂੰ ਛੱਡ ਜਾਵੇ ਯ DVC ਕਾ ਮਨ ਲਾਨੂੰ ਵੀ ਬਹੁਤ ਸਪੋਰਟ ਕਰਦੀ ਆ ਉਹ ਚਲ ਹੋਰ ਕਿਸੇ ਸ਼ੋਅ ਦੇ ਵਿੱਚ ਗੱਲ ਕਰਾਂਗੇ ਪਰ ਯੂ نو ਜੇ ਆਪਾਂ ਸ਼ਹਿਰੀ ਇਹੀ ਸੋਚਣਾ ਵੀ ਲੋਕੀ ਕੀ ਕਹਿੰਦੇ ਆ ਲੋਕੀ ਕੀ ਕਹਿੰਦੇ ਆ ਨਾ ਕਿ ਵਾਰੀ ਇੱਕ ਟ੍ਰਾਇਲ ਵੀ ਲਾਈਫ ਦੇ ਵਿੱਚ ਚਾਹੀਦਾ ਕਿ ਕਿ ਆਪਾਂ ਨੂੰ ਕਈ ਵਾਰੀ ਲੱਗਦਾ ਕਿ ਹਾਂ ਅਸੀਂ ਮੈਰਿਜ ਵਾਸਤੇ ਰੈਡੀ ਆ ਪਰ ਜਦੋਂ ਤੁਸੀਂ ਉਹ ਮੈਰਿਜ ਦੇ ਵਿੱਚ ਪੈਰ ਰੱਖੋ ਹਨਾ ਉਹ ਕੰਪਲੀਟਲੀ ਜਿਹੜੀ ਦੁਨੀਆ ਉਹ ਵੱਖਰੀ ਹੁੰਦੀ ਆ ਓਕੇ ਸੋ ਫਿਰ ਇਹਦੇ ਤੇ ਫਿਰ ਉਹੀ ਚੀਜ਼ ਆ ਜਾਂਦੀ ਹੈ ਕਿ ਕਿ ਵਿਆਹ ਦੀ ਜਿਹੜੀ ਹਨਾ ਇੱਕ ਉਮਰ ਹੋਣੀ ਚਾਹੀਦੀ ਆ ਇਸ ਤੋਂ ਪਹਿਲਾਂ ਕਿ ਇਸ ਰਿਲੇਸ਼ਨਸ਼ਿਪ ਜਾਂ ਲਿਵਿੰਗ ਰਿਲੇਸ਼ਨਸ਼ਿਪ ਵਾਲੇ ਐਕਸਪੈਰੀਮੈਂਟ ਵੱਲ ਜੇ ਮੰਨ ਲਓ ਸਾਡੇ ਪਰਿਵਾਰਕ ਮੈਂਬਰ ਸਾਡੇ ਨਾਲ ਨਹੀਂ ਐਗਰੀ ਕਰਦੇ ਇਸ ਚੀਜ਼ ਲਈ ਹੈਨਾ ਜਾਂ ਸਮਾਜ ਦੀ ਵੀ ਗੱਲ ਲਾ ਲਓ ਕਿ ਜੀ ਉਹ ਨਹੀਂ ਐਗਰੀ ਕਰਦੇ ਇਸ ਚੀਜ਼ ਨੂੰ ਤਾਂ ਜਾਂ ਫਿਰ ਸਾਡੇ ਵੀ ਅੰਦਰ ਇਹ ਚੀਜ਼ਾਂ ਵੀ ਨਹੀਂ ਇਹਦਾ ਨੁਕਸਾਨ ਵੀ ਸਾਨੂੰ ਹੋ ਸਕਦਾ ਕਿਤੇ ਨਾ ਕਿਤੇ ਤਾਂ ਫਿਰ ਇਹੀ ਸਿਆਣਾ ਪੈ ਕਿ ਜਿਹੜੀ ਵਿਆਹ ਦੀ ਇੱਕ ਉਮਰ ਹੁੰਦੀ ਹੈ ਉਸ ਦੇ ਵਿੱਚ ਮਤਲਬ ਪਹਿਲਾਂ ਸੁਖੀ ਜੀ ਆਪਾਂ ਦੇਖਦੇ ਸੀਗੇ ਕਿ ਪਹਿਲਾਂ ਜਦੋਂ ਬਹੁਤ ਪੁਰਾਣੇ ਜ਼ਮਾਨੇ ਚ ਤਾਂ ਮੈਂ ਨਹੀਂ ਜਾ ਰਹੀ ਮਤਲਬ ਹੁੰਦੀ ਜੇ ਗੱਲ ਕਰੀਏ ਤਾਂ 2021 ਤੱਕ ਦੀ ਏਜ ਆ ਚੁੱਕੀ ਸੀ ਵਿਆਹ ਦੀ ਫਿਰ ਉਸ ਤੋਂ ਬਾਅਦ 24 25 ਦੀ ਆ ਚੁੱਕੀ ਸੀ ਫਿਰ ਉਸ ਤੋਂ ਬਾਅਦ 27 28 ਦੀ ਵੀ ਉਮਰ ਆ ਚੁੱਕੀ ਸੀ ਹੁਣ 30 ਤੱਕ ਵੀ ਚੱਲਣ ਲੱਗਾ ਤਾਂ 30 ਤੋਂ ਉੱਪਰ ਵਾਲੇ ਵੀ ਜਿਹੜੇ ਨੇ ਉਹ ਨਹੀਂ ਕਰਾਰੇ ਮਹਾਰਾਜ ਕਿਤੇ ਨਾ ਕਿਤੇ ਮਤਲਬ ਉਹ ਲੱਗਦਾ ਕਿ ਹਜੇ ਸ਼ਾਇਦ ਅਸੀਂ ਰੈਡੀ ਨਹੀਂ ਮਤਲਬ ਜਿਹੜੀਆਂ ਰਿਸਪੌਂਸਿਬਿਲਟੀ ਆ ਪੇਸ਼ੈਂਸ ਲੈਵਲ ਲਗਾ ਲਓ ਕਿ ਉਹਦਾ ਵੀ ਇੰਤਜ਼ਾਰ ਕੀਤਾ ਜਾਂਦਾ ਕਿ ਮੇਰੇ ਅੰਦਰ ਇਹ ਪੇਸ਼ੈਂਸ ਲੈਵ ਹੈਗਾ ਮੈਂ ਕਰ ਸਕਦੀ ਆ ਜਾਂ ਕਰ ਸਕਦਾ ਜਾਂ ਮੈਂ ਇਹਨਾਂ ਰਿਸਪੌਂਸਿਬਿਲਟੀਜ਼ ਨੂੰ ਆਪਣੇ ਉੱਪਰ ਲੈਣ ਲਈ ਉਹਨਾਂ ਤਿਆਰ ਹੈਗਾ ਇਹ ਸਾਰੀਆਂ ਚੀਜ਼ਾਂ ਨੂੰ ਲੈ ਕੇ ਹੀ ਕਿਤੇ ਨਾ ਕਿਤੇ ਫਿਰ ਕੀ ਸੋਚਿਆ ਜਾਵੇ ਵੀ ਜਿਹੜੀ ਇੱਕ ਸਮਝਦਾਰੀ ਦੀ ਏਸ਼ ਤਾਂ ਫਿਰ ਉਹੀ ਹੁੰਦੀ ਹੈ ਜਿਹੜੀ 28 ਤੋਂ ਬਾਅਦ ਸ਼ੁਰੂ ਹੁੰਦੀ ਹੈ ਤਾਂ ਫਿਰ 28 ਤੋਂ ਬਾਅਦ ਹੀ ਜਿਹੜਾ ਹੈ ਕਿ ਵਿਆਹ ਦਾ ਜਿਹੜਾ ਆਪਾਂ ਨੂੰ ਸੋਚ ਰੱਖਣੀ ਚਾਹੀਦੀ ਹੈ ਮੈਨੂੰ ਲੱਗਦਾ ਨਾ ਇੱਕ ਕੰਫਰਟ ਲੈਵਲ ਹੋ ਜਾਂਦਾ ਆਪਣੇ ਆਪ ਨਾਲ ਕਿ ਜਦੋਂ ਅਸੀਂ ਇਕੱਲੇ ਰਹਿਣਾ ਗਿਜ ਜਾਂਦੇ ਆ ਕਿਸੇ ਨੂੰ ਗੁੱਡ ਨਾਈਟ ਗੁੱਡ ਮਾਰਨਿੰਗ ਨਹੀਂ ਕਰਨੀ ਪੈਂਦੀ ਕਿਸੇ ਦੇ ਡਿਨਰ ਤੇ ਲੰਚ ਵਾਰੇ ਨਹੀਂ ਸਾਨੂੰ ਸੋਚਣਾ ਪੈਂਦਾ ਪਰ ਇੱਕ ਵਾਰੀ ਸੋਚਣ ਲੱਗ ਜਾਂਦੇ ਵੀ ਮੈਂ ਕਰਾਵਾਂ ਕਿਉਂ ਵਿਆਹ ਵਿਆਹ ਚ ਕੀ ਫਾਇਦਾ ਕੀ ਰੱਖਿਆ ਬੱਚੇ ਠੀਕ ਆ ਮੇਰੇ ਭਾਂਜੇ ਭਾਂਜੀ ਹੈਗੇ ਆ ਭਤੀਜੇ ਹੈਗੇ ਆ ਚਲ ਹੋਰ ਕਿਸੇ ਦੇ ਬੱਚੇ ਥੋੜੇ ਚਿਰ ਖਲਾ ਕੇ ਉਹਨਾਂ ਨੂੰ ਵਾਪਸ ਦੇ ਦਾਂਗੇ ਕਿ ਯੂ نو ਇਹਦੇ ਵਿੱਚ ਫਾਇਦਾ ਕੀ ਆ ਲੋਟ ਆਫ ਕਿਡਸ ਅੱਜਕੱਲ ਇਹ ਕਹਿੰਦੇ ਵੀ ਅਸੀਂ ਉਦੋਂ ਵਿਆਹ ਕਰਨਾ ਜਦੋਂ ਸਾਡੀ ਲਾਈਫ ਦੇ ਵਿੱਚ ਆ ਕੇ ਕੋਈ ਸਾਡੀ ਲਾਈਫ ਨੂੰ ਇਨਹਾਂਸ ਕਰੇ ਸਾਨੂੰ ਕੋਈ ਫਾਇਦਾ ਹੋਵੇ ਅੱਜ ਕੱਲ ਅਸੀਂ ਫਾਇਦੇ ਨੁਕਸਾਨ ਬਹੁਤ ਦੇਖੀਦੇ ਆ ਲਾਈਫ ਦੇ ਵਿੱਚ ਬਿਲਕੁਲ ਬਿਲਕੁਲ ਸੁਖੀ ਜੀ ਇੱਥੇ ਗੁਰਪ੍ਰੀਤ ਸਿੰਘ ਜੀ ਨੇ ਉਹਨਾਂ ਨੇ ਆਪਾਂ ਨੂੰ ਫੇਸਬੁੱਕ ਤੇ ਮੈਸੇਜ ਭੇਜਿਆ ਉਹ ਕਹਿ ਰਹੇ ਨੇ ਕਿ ਲੋਕਾਂ ਦੇ ਵਿੱਚ ਟੋਲਰੈਂਸ ਘਟ ਗਈ ਹੈ ਆ ਇਹੀ ਚੱਕਰ ਹੈ ਭਾਵੇਂ ਕਾਮਨ ਲਾਅ ਦੇ ਵਿੱਚ ਰਹੋ ਚਾਹੇ ਮੈਰਿਜ ਦੇ ਵਿੱਚ ਜੇ ਟੋਲਰੈਂਸ ਨਹੀਂ ਹੈ ਤਾਂ ਫਿਰ ਸਭ ਫੇਲ ਹੈ ਉਹੀ ਤਾਂ ਗੱਲ ਹੈ ਕੰਫਰਟ ਲੈਵਲ ਤੇ ਆ ਗਿਆ ਨਾ ਟੋਲਰੈਂਸ ਬਿਲਕੁਲ ਇੱਕ ਗੁੱਸੇ ਆ ਮੇਰੇ ਖਿਆਲ ਅੱਜਕੱਲ ਬਹੁਤ ਵਧਿਆ ਇੱਕ ਯੂ نو ਚਾਤੀ ਜਿਹੜੇ ਥ੍ਰੈਟਸ ਹੋ ਜਾਂਦੇ ਆ ਜੇ ਇਦਾਂ ਨਾ ਕੀਤਾ ਮੈਂ ਤੈਨੂੰ ਛੱਡ ਜਾਣਾ ਜਾਂ ਮੈਂ ਡਿਵੋਰਸ ਕਰ ਜਾਣਾ ਸੋ ਟੋਲਰੈਂਸ ਬਹੁਤ ਘੱਟ ਗਿਆ ਕਿਉਂਕਿ ਅਸੀਂ ਇੱਕ ਦੂਜੇ ਨਾਲ ਆਪਣੇ ਆਪ ਨਾਲ ਬਹੁਤ ਕੰਫਰਟੇਬਲ ਹੋ ਗਏ ਆ ਅਸੀਂ ਜਿਹੜੇ ਅਸੀਂ ਘਰ ਨੂੰ ਘਰ ਨੂੰ ਚਾਹੀਦਾ ਆ ਇੱਕ ਸਾਡੇ ਨਾਲ ਇੱਕ ਰੂਟੀਨ ਜੀ ਬਣ ਗਈ ਆ ਉਹ ਤਜੀ ਦੇ ਵਿੱਚ ਭਰ ਗਈ ਆ ਉਹ ਚੀਜ਼ ਪਰ ਤੁਸੀਂ ਆ ਨਾ ਉਮਰਾਂ ਦੀ ਤੁਸੀਂ ਜ਼ਿਕਰ ਕੀਤਾ ਸੀਗਾ ਜਿਹੜੇ ਸਟੈਟਿਸਟਿਕਸ ਅੱਜਕੱਲ ਕਹਿੰਦੇ ਆ ਮੀਨ ਇਥੇ ਸਟੈਟਿਸਟਿਕਸ ਬ ਜਿਹੜੇ 25 ਸਾਲਾਂ ਤੋਂ ਉੱਤੋਂ ਜਿਹੜੇ ਵਿਆਹ ਕਰਦੇ ਆ ਉਹਨਾਂ ਦਾ ਡਿਵੋਰਸ ਦਾ ਰੇਟ 5% ਤੋਂ ਘਟਦਾ ਆ ਪਰ ਜਿਹੜੇ 32 ਸਾਲਾਂ ਤੋਂ ਉੱਤੇ ਵਿਆਹ ਕਰਦੇ ਆ ਉਹਨਾਂ ਦਾ 5% ਵੱਧ ਜਾਂਦਾ ਸੋ ਕਹਿੰਦੇ ਵੀ ਜੇ ਤੁਸੀਂ ਲੇਟ 20s ਦੇ ਵਿੱਚ ਹੈਨਾ ਵਿਆਹ ਕਰੋ ਉਹ ਸਾਰਿਆਂ ਨਾਲ ਵਧੀਆ ਉਮਰ ਆ ਕਾਕੀ ਮੇਰੇ ਖਿਆਲ ਉੱਥੇ ਤੱਕ ਤੁਸੀਂ ਜਿੱਦਾਂ ਹੁਣ ਸੋਸਾਇਟੀ ਸਾਨੂੰ ਕੰਡੀਸ਼ਨ ਕਰ ਦਿੰਦੀ ਆ ਕਿ ਤੁਸੀਂ ਕਾਲਜ ਤੋਂ ਬਾਅਦ ਵਿਆਹ ਕਰ ਲਓ ਜਿੱਦਾਂ ਤੁਸੀਂ ਜ਼ਿਕਰ ਕੀਤਾ ਸੀ ਅੱਗੇ 21 ਸਾਲਾਂ ਦੇ 22 ਸਾਲਾਂ ਤੱਕ ਕਰਦੇ ਸੀਗੇ ਹੁਣ ਇਹ ਆ ਕਿ ਤੁਸੀਂ ਫਾਈਨੈਂਸ਼ੀਅਲੀ ਸਟੇਬਲ ਹੋ ਮੈਂਟਲੀ ਸਟੇਬਲ ਹੋਣਾ ਚਾਹੀਦਾ ਤੁਹਾਨੂੰ ਤੇ ਯੂ ਨੋ ਉਹ ਚੀਜ਼ਾਂ ਫੈਕਟਰ ਕਰਕੇ ਫਿਰ ਤੁਸੀਂ ਰੈਡੀ ਵੀ ਓਕੇ ਹੁਣ ਜਿਹੜੀ ਟੀਮ ਵਰਕ ਆ ਹੁਣ ਮੈਂ ਆਪਣੀ ਲਾਈਫ ਨੂੰ ਇਹ ਐਨਹਾਂਸ ਕਰਨਾ ਪਰ ਗੁਰਪ੍ਰੀਤ ਜੀ ਦਾ ਕਹਣਾ ਹਾ ਟੋਲਰੈਂਸ ਜਿਹੜੀ ਇਹ ਕੋ ਬੱਡੀ ਚੀਜ਼ ਹੈ ਬਿਲਕੁਲ ਗੁਰਪ੍ਰੀਤ ਜੀ ਤੁਸੀਂ ਸਹੀ ਗੱਲ ਕਹੀ ਆ ਤੁਹਾਡੇ ਟੌਪਿਕ ਦੇ ਉੱਤੇ ਅਸੀਂ ਦੇਖੋ ਡਿਸ ਅਲਬਤ ਕੰਟੀਨਿਊ ਜਿਹੜੀ ਹੈ ਉਹ ਰੱਖਾਂਗੇ ਅ ਸੁਖੀ ਜੀ ਆਪਾਂ 2021 ਦੀ ਜਿਹੜੀ ਗੱਲ ਕਰ ਰਹੇ ਸੀਗੇ ਜਦੋਂ ਇੱਕ ਜਦੋਂ ਆਪਾਂ ਵੀ ਉਸ ਦੌਰ ਦੇ ਵਿੱਚੋਂ ਸਾਰੇ ਹੀ ਨਿਕਲੇ ਆ ਤੇ ਜਦੋਂ ਉਹ ਦੌਰ ਹੁੰਦਾ ਨਾ ਉਸ ਟਾਈਮ ਤੇ ਉਹਨੂੰ ਕਹਿੰਦੇ ਨੇ ਬੜੀ ਕੱਚੀ ਜੀ ਉਮਰ ਮੰਨੀ ਜਾਂਦੀ ਹੈ ਵੀ ਹਜੇ ਅਕਲ ਹੀ ਨਹੀਂ ਹੈ ਜਿਹੜੇ ਸਾਡੇ ਪੇਰੈਂਟਸ ਵੀ ਕਹਿੰਦੇ ਨੇ ਜਾਂ ਮਨ ਲਓ ਸਾਡਾ ਆਪਣਾ ਵੀ ਨਜ਼ਰੀਆ ਹੁੰਦਾ ਕਿ ਯਾਰ ਅੱਜ ਅਸੀਂ ਸਮਝ ਨਹੀਂ ਪਾ ਰਹੇ ਹਨਾ ਚੀਜ਼ਾਂ ਨੂੰ ਹਜੇ ਉਹ ਚੀਜ਼ ਨਹੀਂ ਹੈ ਹਜੇ ਮੈਂ ਕਾਲਜ ਵੀ ਆਪਣਾ ਪਾਸ ਆਊਟ ਕਰ ਲਾਂ ਦੈਨ ਉਸ ਤੋਂ ਬਾਅਦ ਥੋੜਾ ਜੌਬ ਵੀ ਕਰਾਂ ਮੈਨੂੰ ਪਤਾ ਤਾਂ ਲੱਗੇ ਮੇਰੇ ਬਾਰੇ ਕਿ ਮੈਂ ਕੀ ਕਰ ਸਕਦੀ ਹਾਂ ਜਾਂ ਕੀ ਕਰ ਸਕਦਾ ਵੀ ਮੈਂ ਵੀ ਸਿਰਫ ਇਹ ਪੜ੍ਹਾਈ ਕੀਤੀ ਕੰਪਲੀਟ ਇੰਨਾ ਪੈਸਾ ਲਗਾਇਆ ਸਭ ਕੁਝ ਕੀਤਾ ਤੇ ਉਸ ਤੋਂ ਬਾਅਦ ਮੈਂ ਅਗਲੇ ਘਰ ਦਾ ਹੋ ਗਿਆ ਜਾਂ ਹੋ ਗਈ ਤਾਂ ਫਿਰ ਉਸ ਤੋਂ ਬਾਅਦ ਮੈਂ ਆਪਣੇ ਆਪ ਨੂੰ ਸਮਝੰਦਾ ਮੈਨੂੰ ਟਾਈਮ ਹੀ ਨਹੀਂ ਮਿਲਿਆ ਕਿ ਮੈਂ ਲਾਈਫ ਦੇ ਵਿੱਚ ਕੀ ਕਰ ਸਕਦੀ ਹਾਂ ਮੈਂ ਕਿੱਥੇ ਸਟੈਂਡ ਕਰਦੀ ਹਾਂ ਜਾਂ ਕਰਦਾ ਹਨਾ ਤੇ ਉਸੇ ਹੁੰਦਾ ਕਿ ਅਸੀਂ ਜੌਬ ਕਰੀਏ ਜੌਬ ਤੋਂ ਬਾਅਦ ਇੱਕ ਸਾਡ ਅਸਤੇ ਆਪਣੇ ਅਕਾਊਂਟ ਦੇ ਵਿੱਚ ਵੀ ਅਸੀਂ ਕੁਝ ਰੱਖਿਆ ਹੈ ਹੈਨਾ ਅਸੀਂ ਰਿਸਪਾਂਸਿਬਿਲਟੀਜ਼ ਨੂੰ ਸਮਝਣ ਲੱਗ ਗਏ ਹਾਂ ਸਾਨੂੰ ਸੇਵਿੰਗ ਕਰਨੀ ਆ ਗਈ ਹੈ ਸਭ ਤੋਂ ਵੱਡੀ ਚੀਜ਼ ਜਿਹੜੀ ਫੈਮਲੀ ਇੱਕ ਸੰਭਾਲਣ ਦੀ ਜ਼ਰੂਰਤ ਹੋਈ ਹੈ ਬਿਲਕੁਲ ਕਿ ਸੇਵਿੰਗਸ ਕਰਨੀਆਂ ਤੇ ਫਿਰ ਸੇਵਿੰਗਸ ਦੇ ਵਿੱਚ ਉਹਨਾਂ ਨੂੰ ਇਸਤੇਮਾਲ ਕਿੱਦਾਂ ਕਰਨਾ ਕਿੱਦਾਂ ਉਹਨਾਂ ਨੂੰ ਯੂਜ਼ ਕਰਨਾ ਹੈ ਘਰ ਦੀ ਗਰੋਸਟਰੀ ਲਿਆਣੀ ਹੈ ਤਾਂ ਉਹਦੀ ਤੁਹਾਨੂੰ ਸਮਝ ਹੋਣੀ ਚਾਹੀਦੀ ਹੈ ਹੈਨਾ ਤੁਸੀਂ ਆਪਣੇ ਪੂਰੇ ਪਰਿਵਾਰਕ ਮੈਂਬਰਾਂ ਨੂੰ ਜੇ ਸਾਂਭਣਾ ਤਾਂ ਤੁਹਾਨੂੰ ਸਭ ਦੇ ਬਾਰੇ ਪਤਾ ਹੋਣਾ ਚਾਹੀਦਾ ਹੈ ਕਿ ਨੂੰ ਕੀ ਪਸੰਦ ਹੈ ਕਿ ਨੂੰ ਕੀ ਨਹੀਂ ਸਪੈਸ਼ਲੀ ਜਦੋਂ ਤੁਸੀਂ ਤੁਹਾਡਾ ਰਹਿਣ ਸੈਨ ਹੈ ਜੋ ਤੁਸੀਂ ਨੌਕਰੀ ਤੋਂ ਵੀ ਆਨੇ ਹੋ ਤਾਂ ਅਸੀਂ ਸ ਤਾਂ ਫਿਰ ਆਨ ਤੋਂ ਬਾਅਦ ਵੀ ਸਾਡੀਆਂ ਕੁਝ ਰਿਸਪੌਂਸਿਬਿਲਟੀ ਹੈ ਜਿਹੜਾ ਪੂਰਾ ਪਰਿਵਾਰ ਤੁਹਾਡਾ ਇੰਤਜ਼ਾਰ ਕਰ ਹੀ ਰਿਹਾ ਤੁਹਾਡੇ ਲੌਸ ਫੈਮਿਲੀ ਦੇ ਵਿੱਚ ਬਹੁਤ ਸਾਰੇ ਮੈਂਬਰ ਨੇ ਜਿਹੜਾ ਤੁਹਾਡੇ ਇੰਤਜ਼ਾਰ ਕਰ ਰਹੇ ਕਿ ਉਹ ਆਏਗੀ ਤਾਂ ਫਿਰ ਇਹ ਹੋਏਗਾ ਇਹ ਨਾ ਕਿ ਤੁਹਾਨੂੰ ਇਹ ਤੁਹਾਡੇ ਕੋਲ ਮੌਕਾ ਵੀ ਤੁਸੀਂ ਜਾ ਕੇ ਰੈਸਟ ਕਰ ਲਓ ਜਾਂ ਬਹਿ ਜਾਓ ਸੋ ਇਦਾਂ ਦੀਆਂ ਚੀਜ਼ਾਂ ਵੀ ਸਮਝਣਾ ਇੱਕ ਬਹੁਤ ਵੱਡਾ ਕਨਸੈਪਟ ਹੈਗਾ ਜਿਹਦੇ ਉੱਤੇ ਬੜੀ ਬਾਰੀਕੀ ਦੇ ਨਾਲ ਜੇ ਧਿਆਨ ਦਿੱਤਾ ਜਾਵੇ ਤਾਂ ਇਹ ਬਹੁਤ ਇੰਪੋਰਟੈਂਟ ਚੀਜ਼ ਹੈ ਇਹ ਗੱਲਾਂ ਤੋਂ ਕੁੜੀਆਂ ਡਰਦੀਆਂ ਸ਼ੈ ਜੀ ਕਿ ਜਦੋਂ ਤੁਸੀਂ ਹੁਣ ਸਾਰਾ ਤੁਸੀਂ ਹੁਣ ਯੂ نو ਕੱਲੀ ਕੱਲੀ ਚੀਜ਼ ਨੋਟ ਕੀਤੀ ਹੈ ਕਿ ਤੁਸੀਂ ਜਿਹੜੇ ਬਾਕੀ ਪਰਿਵਾਰ ਦੇ ਮੈਂਬਰ ਤੁਹਾਨੂੰ ਉਹਨਾਂ ਨੂੰ ਸਮਝਣਾ ਪੈਣਾ ਹੈ ਤੁਸੀਂ ਘਰ ਜਾ ਕੇ ਰੋਟੀ ਪਾਣੀ ਕੀ ਕਰਨਾ ਤੁਹਾਡੀ ਹੋਰ ਜ਼ਿੰਮੇਵਾਰੀ ਤੁਹਾਡਾ ਜਿਹੜਾ ਦੂਜਾ ਜੌਬ ਹੈ ਉਹ ਘਰ ਜਾ ਕੇ ਸ਼ੁਰੂ ਹੁੰਦਾ ਇਹੇ ਗੱਲਾਂ ਤੋਂ ਤਾਂ ਯੂ نو ਨਾ ਕਿ ਸਿਰ ਕੁੜੀਆਂ ਡਰਦੀਆਂ ਪਰ ਮੁੰਡੇ ਵੀ ਡਰਦੇ ਆ ਕਿਉਂਕਿ ਅੱਜ ਕੱਲ ਯੂ نو ਇਹ ਜਿਹੜਾ ਟੀਮ ਵਰਕ ਹੈ ਜਿਹਨੂੰ ਕਹਿੰਦੇ ਵੀ ਜਿਹੜਾ ਬਰਾਬਰ ਆ ਉਹਨੇ ਯੂ نو ਜਿਹੜੇ ਵੂਮਨਸ ਰਾਈਟ ਹੁੰਦੇ ਆ ਉਹਨੇ ਬੰਦੇ ਦੇ ਰਾਈਟ ਹੁੰਦੇ ਆ ਵੀ ਯੂ نو ਇਕੱਠੇ ਘਰੇ ਜਾ ਕੇ ਜੇ ਅੱਜ ਮੈਡਿਨਰ ਬਣਾਉਣੀ ਹੈ ਕੱਲੋਂ ਤ ਕਰਦਾ ਨਾ ਉਹ ਵੀ ਕਿ ਦੋਨੋ ਪਰਸਨ ਦੇ ਉੱਤੇ ਵੀ ਹੁਣ ਜੇ ਮੁੰਡਾ ਵੀ ਇਹ ਸੋਚੇ ਵੀ ਕੁੜੀ ਨਹੀਂ ਆ ਕੇ ਕਰਨਾ ਕਿਉਂਕਿ ਤਾਂ ਉਹਦਾ ਕੰਮ ਹੈ ਕਿਚਨ ਦਾ ਮੇਰਾ ਥੋੜਾ ਹੈਗਾ ਤੇ ਫਿਰ ਕੁੜੀ ਫਿਰ ਉਹ ਉਦੋਂ ਵੀ ਤਾਂ ਇਹੀ ਤਕਰਾਰਬਾਜ਼ੀ ਸ਼ੁਰੂ ਹੁੰਦੀ ਹੈ ਖੈਰ ਸੁਖੀ ਜੀ ਇੱਥੇ ਆਪਾਂ ਨੂੰ ਖਾਲਸਾ ਹਰਮੀਤ ਸਿੰਘ ਜੀ ਐ ਉਹਨਾਂ ਨੇ ਇੱਕ ਮੈਸੇਜ ਭੇਜਿਆ ਹੈ ਉਹ ਕਹਿੰਦੇ ਨੇ ਕਿ ਇੱਕ ਦੂਜੇ ਤੇ ਟਰਸਟ ਹੋਣਾ ਵੀ ਬਹੁਤ ਜ਼ਰੂਰੀ ਹੈ ਬਿਲਕੁਲ ਸਹੀ ਕਹਿ ਰਹੇ ਨੇ ਉਹ ਜਿਹੜਾ ਅੱਜ ਕੱਲ ਮੈਰਿਜਸ ਆਪਾਂ ਦੇਖਦੇ ਰਿਲੇਸ਼ਨਸ਼ਿਪਸ ਦਾ ਬਿਲਕੁਲ ਹੈ ਨਹੀਂਗਾ ਜਿਹੜਾ ਸ਼ੱਕ ਦਾ ਕਹਿੰਦੇ ਨਾਲ ਇਲਾਜ ਕੋਈ ਨਹੀਂ ਹੁੰਦਾ ਬਿਲਕੁਲ ਅਰ ਜਿੱਥੇ ਸ਼ੱਕ ਯੂ نو ਆਪਾ ਵੇਖਦੇ ਆ ਸਿਰਫ ਆ ਚੀਜ਼ਾਂ ਦਾ ਕਰਕੇ ਜਿਹੜੇ ਸਾਡੇ ਹੱਥ ਦੇ ਵਿੱਚ ਫੋਨ ਆ ਇਹਨਾਂ ਦੇ ਕਰਕੇ ਜਿਹੜਾ ਟਰਸਟ ਉਹ ਉੱਡ ਗਿਆ ਹੈ ਸੋ ਯੂ نو ਹਮੇਸ਼ਾ ਨਾ ਕਿ ਸਿਰਫ ਮੈਂ ਕਹਿ ਸਕਦੀ ਆ ਕਿ ਜਿਹੜੀ ਲੇਡੀਜ਼ ਆ ਉਹ ਉਹ ਬੰਦਿਆਂ ਤੇ ਸ਼ੱਕ ਕਰਦੇ ਪਰ ਜਿਹੜੇ ਬੰਦੇ ਉਹ ਵੀ ਲੇਡੀਜ਼ ਤੇ ਅੱਜਕੱਲ ਬਹੁਤ ਸ਼ੱਕ ਕਰਦੇ ਬਿਲਕੁਲ ਦੋਨੋਂ ਅਸੀਂ ਇਸ ਟਾਈਮ ਦੋਨੋਂ ਤਰਫੀ ਗੱਲ ਕਰ ਰਹੇ ਆ ਕਿ ਅਸੀਂ ਸਿਰਫ ਲੇਡੀਜ਼ ਦੀ ਜਾਂ ਅਸੀਂ ਸਿਰਫ ਇਥੇ ਏਜੰਸੀ ਗੱਲ ਨਹੀਂ ਕਰ ਰਹੇ ਅਸੀਂ ਦੋਨੋਂ ਦੀ ਗੱਲ ਕਰ ਰਹੇ ਹਾਂ 100% ਕਜ਼ एवरीथिंग ਇਜ਼ ਔਨ ਸੋਸ਼ਲ ਮੀਡੀਆ ਸੋ ਟਰਸਟ ਜਿਹੜੀ ਇਹ ਬਹੁਤ ਇੱਕ ਵੱਡੀ ਚੀਜ਼ ਹੈ ਪਰ ਯੂ نو ਉਦੋਂ ਸਾਡਾ ਜੀਵਨ ਸਾਥੀ ਹੈ ਸਾਡੇ ਲਈ ਪਰਫੈਕਟ ਹੈ ਬਹੁਤ ਵਧੀਆ ਹੈ ਹਰੇਕ ਖੇਤਰ ਦੇ ਵਿੱਚ ਯੂ نو देयर इज अ ਚੈੱਕ ਮਾਰਕ एवरीवेयर ਪਰ ਜਦੋਂ ਤੁਸੀਂ ਉਹਨਾਂ ਦਾ ਵਰਤਾਓ ਦੇਖਦੇ ਹੋ ਉਹਨਾਂ ਦੀ ਫੈਮਿਲੀ ਦੇ ਨਾਲ ਜਦੋਂ ਤੁਸੀਂ ਉੱਥੇ ਜਾ ਕੇ ਰਹਿੰਦੇ ਆ ਜਦੋਂ ਤੁਸੀਂ ਇਹ ਮੂਵ ਇਨ ਹੋ ਜਾਂਦੇ ਆ ਉਹ ਤਾਂ ਬਹੁਤ ਸਾਰੀਆਂ ਚੀਜ਼ਾਂ ਬਦਲਦੀਆਂ ਤੁਸੀਂ ਯੂ ਲਰਨ ਥਿੰਗਸ ਅਬਾਊਟ ਥਮ ਕਿ ਇਹ ਬਦਲਾਅ ਬਹੁਤ ਜ਼ਰੂਰੀ ਹੁੰਦਾ ਹੈ ਜਾਂ ਇਹ ਨੈਚੁਰਲ ਚੀਜ਼ ਹੈ ਆਂਦੀ ਆਂਦੀ ਹੈ ਸੁਖੇ ਜੀ ਇਹ ਨੈਚੁਰਲ ਚੀਜ਼ ਹੀ ਹੈ ਮੇਰੇ ਖਿਆਲ ਆਪਾਂ ਬਦਲ ਜਾਂਦੇ ਆ ਜੇ ਇੱਕ ਸਾਲ ਪਹਿਲਾਂ ਤੁਸੀਂ ਮੈਨੂੰ ਵੇਖੋ ਮੈਂ ਬਹੁਤ ਡਿਫਰੈਂਟ ਸੀਗੀ ਇੱਕ ਸਾਲ ਪਹਿਲਾਂ ਤੁਸੀਂ ਬਹੁਤ ਡਿਫਰੈਂਟ ਸੀ ਹਾਲਾਤ ਤੁਹਾਨੂੰ ਬਦਲ ਦਿੰਦੇ ਆ ਸਮਾਜ ਤੁਹਾਨੂੰ ਬਦਲ ਦਿੰਦਾ ਤੁਹਾਡਾ ਕੰਮ ਤੁਹਾਨੂੰ ਬਦਲ ਤਾਂ ਤੁਹਾਡੀ ਆਪ ਦੀ ਉਠਣੀ ਬੈਣੀ ਤੁਹਾਨੂੰ ਬਦਲ ਦਿੰਦੀ ਆ ਨਾ ਕਿ ਸਿਰਫ ਤੁਹਾਡੀ ਸ਼ਕਲ ਬਦਲਦੀ ਆ ਹੈ ਨਾ ਤੁਸੀਂ ਐਸ ਯੂ ਗੇਟਿੰਗ 올ਡਰ ਪਰ ਤੁਹਾਡੀ ਸੋਚ ਵੀ ਬਦਲਦੇ ਆ ਐਂਡ ਯੂ نو ਇਹ ਬਹੁਤ ਜ਼ਰੂਰੀ ਆ ਕਿ ਤੁਸੀਂ ਆਈ ਥਿੰਕ ਕਿ ਐਨੀ ਵੀ ਤੁਸੀਂ ਹਸਬੰਡ ਵਾਈਫ ਟੋ ਲੋ ਜਾਂ ਤੁਸੀਂ ਬੋਏਫ੍ਰੈਂਡ ਗਰਲਫ੍ਰੈਂਡ ਹੋਣਾ ਚਾਹੀਦਾ ਤੁਹਾਨੂੰ ਇੱਕ ਸੋਲ ਮੇਟ ਜਿਹਨੂੰ ਕਹਿੰਦੇ ਆ ਹੈ ਨਾ ਵੀ ਉਹ ਭਾਲ ਦੇ ਵਿੱਚ ਤੇ ਕਈ ਵਾਰੀ ਉਹ ਸਾਰੀ ਹਮਮਤ ਹੀ ਲੰਘ ਜਾਂਦੀ ਲੱਭਦੇ ਆ ਕਿ ਜਿਹਨਾਂ ਨਾਲ ਤੁਹਾਡੀ ਜਿਹੜੀ ਕਨੈਕਸ਼ਨ ਇੱਕ ਹਾਈ ਲੈਵਲ ਤੇ ਚਾਹੀਦੀ ਹੈ ਜਿਹਨਾਂ ਨਾਲ ਸੋ ਇਹ ਬਹੁਤ ਆ ਕਿ ਇਹ ਤਾਂ ਯੂ نو ਵਿਆਹ ਹਨ ਉਹਨਾਂ ਨੂੰ 20 25 ਸਾਲ ਹੋ ਗਏ ਆ 30 35 ਸਾਲ ਹਾਲੇ ਤੱਕ ਆਈ ਪਰ ਇੱਕ ਉਹਨਾਂ ਨੇ ਇੱਕ ਕੰਪਰੋਮਾਈਜ਼ ਕੀਤਾ ਹੋਇਆ ਹੈ ਕਿ ਉਹ ਰਹਿ ਰਹੇ ਆ ਪਿਆਰ ਹੈਗਾ ਇਹ ਨਹੀਂ ਵੀ ਪਿਆਰ ਨਹੀਂ ਇੱਕ ਦੂਜੇ ਨਾਲ ਦੇ ਆਰ ਫੋਰ ਈਚ ਅਦਰ ਇਨ एवरीथिंग ਬਟ ਯੂ نو ਉਹ ਇੱਕ ਦੂਜੇ ਦੀ ਸਮਝ ਹੈ ਉਹ ਇੱਕ ਜਿਹੜਾ ਕਨੈਕਸ਼ਨ ਹੈ ਉਹ ਜਿਹੜੀ ਇੱਕ ਵਾਈਬ ਹੈ ਉਹ ਹੈ ਨਹੀਂ ਉਹ ਹੈ ਨਹੀਂ ओके ਸੋ ਚਲੋ ਬਹੁਤ ਹੀ ਵਧੀਆ ਗੱਲ ਹੈ ਵੀ ਚਲੋ ਰਿਲੇਸ਼ਨਸ਼ਿਪ ਹੈ ਨਾ ਇਸ ਟੌਪਿਕ ਦੇ ਉੱਤੇ ਇਦਾਂ ਦੇ ਟੌਪਿਕ ਦੇ ਉੱਤੇ ਸਮੇਂ-ਸਮੇਂ ਤੇ ਗੱਲ ਵੀ ਕਰਦੀ ਰਹਿਣੀ ਚਾਹੀਦੀ ਹੈ ਕਿਉਂਕਿ ਚਲੋ ਪਤਾ ਲੱਗਦਾ ਥੋੜਾ ਜਿਹਾ ਹੁੰਦਾ ਕਿ ਚਲੋ ਹਾਲਾਂਕਿ ਸਮਝ ਅੱਜਕੱਲ ਸਭ ਨੂੰ ਇੰਨਾ ਚੀਜ਼ਾਂ ਦੀ ਹੈਗੀ ਹੈ ਸੁਖੀ ਜੀ ਥੋੜਾ ਆਪਣਾ ਹੈ ਨਾ ਐਕਸਪੀਰੀਅੰਸ ਜਿਹੜਾ ਹੈ ਮਤਲਬ ਜੇ ਨਜ਼ਰੀਆ ਆਪਾਂ ਲੈ ਲਿਆ ਆਪਾਂ ਜਰਨਲਿਸਟਾਂ ਹਨਾ ਲਾਈਕ ਆਪਾਂ ਬਹੁਤ ਹਰ ਮੁੱਦੇ ਨੂੰ ਆਪਾਂ ਬਹੁਤ ਬਰੀਕੀ ਨਾਲ ਦੇਖਦੇ ਹੈਗੇ ਆ ਸਭ ਤੋਂ ਪਹਿਲਾਂ ਤੇ ਜਦੋਂ ਅਸੀਂ ਅੱਜ ਵੀ ਇਸ ਰਿਲੇਸ਼ਨਸ਼ਿਪ ਦੇ ਟਾਪਿਕ ਤੇ ਵੀ ਗੱਲ ਕਰ ਰਹੇ ਆ ਤਾਂ ਜਿਹੜਾ ਰਿਲੇਸ਼ਨਸ਼ਿਪ ਹੈ ਹਨਾ ਉਹ ਜਿਵੇਂ ਵੀ ਹੈ ਉਹ ਚੱਲ ਰਿਹਾ ਉਹਦੇ ਵਿੱਚ ਅਸੀਂ ਟਰਸਟ ਦੀ ਵੀ ਗੱਲ ਕਰ ਲਈ ਉਸ ਦੇ ਵਿੱਚ ਅਸੀਂ ਏਜ ਦੀ ਵੀ ਗੱਲ ਕਰ ਲਈ ਉਹਦੇ ਵਿੱਚ ਅਸੀਂ ਲਿਵਿੰਗ ਵਿਆਹ ਤੋਂ ਪਹਿਲਾਂ ਹਨਾ ਲਿਵਿੰਗ ਰਿਲੇਸ਼ਨਸ਼ਿਪ ਉਹਦੀ ਵੀ ਗੱਲ ਕਰ ਲਈ ਪਰ ਯਕੀਨਨ ਇਹ ਸਾਰੇ ਜਿਹੜੇ ਫੈਕਟ ਹੈ ਇਹ ਕੁੱਲ ਮਿਲਾ ਕੇ ਸਹੀ ਜਿਹੜਾ ਹੈ ਉਹਦੇ ਚ ਤੁਹਾਨੂੰ ਕਿਹੜੀ ਚੀਜ਼ ਲੱਗਿਆ ਵੀ ਉਹ ਕਿਹੜੀ ਚੀਜ਼ ਹੈ ਜਿਹੜੀ ਕਿ ਲਾਈਫ ਦੇ ਉੱਤੇ ਇਹ ਜਿਹੜੀ ਇੰਪਲੀਮੈਂਟ ਕਰਾਂਗੇ ਨਾ ਆਪਾਂ ਤਾਂ ਸਹੀ ਚੱਲੇਗੀ ਕੋਈ ਇੱਕ ਚੀਜ਼ ਇਦਾਂ ਦੀ ਤੁਹਾਨੂੰ ਦਿਖੀ ਇਹਦੇ ਵਿੱਚ ਫਾਲੋ ਯਰ ਗੱਟ ਜੋ ਤੁਹਾਡਾ ਟੈਡ ਤੇ ਤੁਹਾਡਾ ਦਿਲ ਕਹਿੰਦਾ ਹੈ ਨਾ ਇਹਨੂੰ ਫਾਲੋ ਕਰੋ ਜਿੱਥੇ ਤੁਹਾਨੂੰ ਲੱਗਦਾ ਹੈ ਵੀ ਮਾੜਾ ਜਿਹਾ ਨਾ ਤੁਹਾਨੂੰ ਦੋਰੀ ਵਾਰੀ ਸੋਚਣਾ ਪਊਗਾ ਆ ਸਹੀ ਆ ਜਾਂ ਨਹੀਂ ਸਹੀ ਹੈ ਨਾ ਉੱਥੇ ਛੱਡ ਦਿਓ ਓਕੇ ਜਿਹੜੀ ਚੀਜ਼ ਤੁਹਾਨੂੰ ਨਾ ਵਾਕਿਆ 100% ਜਿਹੜੀ ਗੱਲ ਤੋਂ ਤੁਸੀਂ ਹੈ ਨਾ ਸ਼ੋਰ ਹੈ ਆ ਓਕਰੋ ਬਾਕੀ ਕਿਸੇ ਦਾ ਨਾ ਸੋਚੋ ਯੂ نو एवरीवन इज ਈਚ ਫਰ देयर ओन ਜਿਹੜਾ ਆਈ ਥਿੰਕ ਆਪਣੀ ਬਾਣੀ ਦੇ ਵਿੱਚ ਲਿਖਿਆ ਜਿੰਨਾ ਤੁਸੀਂ ਆਪਣੇ ਆਪ ਨੂੰ ਅਟੈਚ ਕਰਦੇ ਕੋਈ ਚੀਜ਼ ਦੇ ਨਾਲ ਲੋਕ ਕੀ ਸੋਚਦੇ ਸਾਡੇ ਮਾਪੇ ਕੀ ਸੋਚਦੇ ਸੋਸਾਇਟੀ ਕੀ ਸੋਚਦੀ ਹੈ ਉਹਨਾਂ ਤੁਸੀਂ ਆਪਣੇ ਆਪ ਨੂੰ ਬਣ ਲੈਂਦੇ ਆ ਸੋ ਫੋਲੋ ਯਰ ਯੂ نو ਯਰ ਹੈਡ ਯਰ ਗੱਟ ਦਿਲ ਤਾਂ ਕਿੰਨੇ پاگل ਹੁੰਦਾ ਹੈ ਹਨਾ ਥੋੜਾ ਜਿਹਾ ਬਟ ਯੂ نو ਜੋ ਵੀ ਆ ਯੂ نو ਸ਼ੇਅਰ ਕਰੋ ਆਪਣੀਆਂ ਗੱਲਾਂ ਅੰਦਰ ਨਾ ਰੱਖੋ ਯੂ نو ਗੋ ਆਊਟ देयर ਰਿਸਰਚ ਬਟ ਫੋਲੋ ਫੋਲੋ ਯਰ ਗੱਟ ওকে ਥੈਂਕ ਯੂ ਸੋ ਮਚ ਓਕੇ ਜੀ ਤੁਸੀਂ ਸਟੂਡੀਓ ਦੇ ਵਿੱਚ ਆਏ ਬਹੁਤ ਹੀ ਸੋਹਣਾ ਟੌਪਿਕ ਦੇ ਉੱਤੇ ਗੱਲਬਾਤ ਕੀਤੀ ਬੜਾ ਮੂਡ ਵੀ ਬੜਾ ਵਧੀਆ ਹੋ ਗਿਆ ਇਸ ਟੌਪਿਕ ਨਾਲ ਸੋ ਥੈਂਕਸ ਟੂ ਫॉर ਕਮਿੰਗ ਥੈਂਕ ਯੂ ਥੈਂਕ ਯੂ so much ਸ਼ੈਰੀ ਥੈਂਕ ਯੂ so much ਫॉर ਹੈਂਡਲਿੰਗ ਦ ਮਾਰਨਿੰਗ ਸ਼ੋ ਵੈਰੀ ਵੈਲ ਹਰੇਕ ਸੋ ਹਰੇ ਸਾਨੂੰ ਇੰਤਜ਼ਾਰ ਹੁੰਦਾ ਤੁਹਾਡੇ ਸ਼ੋ ਦਾ ਸੋ ਥੈਂਕ ਯੂ ਵੈਰੀ ਮੱਚ ਕੀਪ ਅਪ ਦ ਗੁੱਡ ਵਰਕ ਥੈਂਕ ਯੂ ਸੋਕੇ ਜੀ ਸੋ ਸੋਕੇ ਜੀ ਵੀ ਸਾਡ ਨਾਲ ਸਟੂਡੀਓ ਦੇ ਵਿੱਚ ਪਹੁੰਚੇ ਸੋ ਗੱਲਬਾਤਾਂ ਕੀਤੀਆਂ ਅਸੀਂ ਰਿਲੇਸ਼ਨਸ਼ਿਪ ਦੇ ਉੱਤੇ ਅਸੀਂ ਹਾਲਾਂਕਿ ਕੋਈ ਆਪਣੀ ਇਦਾਂ ਦੀ ਸਲਾਹ ਨਹੀਂ ਦਿੱਤੀ ਕੋਈ ਇਹ ਨਹੀਂ ਰਾਏ ਦਿੱਤੀ ਵੀ ਇਹ ਕਰਨਾ ਚਾਹੀਦਾ ਹੈ ਉਹ ਇਹ ਤੁਸੀਂ ਸਾਡੇ ਤੋਂ ਜ਼ਿਆਦਾ ਹੈ ਕਿਹੜੀ ਉਮਰ ਵਿਆਹ ਦੇ ਲਈ ਸਹੀ ਹੁੰਦੀ ਹੈ ਲਿਵਿੰਗ ਰਿਲੇਸ਼ਨ ਚ ਰਹਿਣਾ ਕੀ ਨੁਕਸਾਨਦਾਇਕ ਹੋ ਸਕਦਾ ਹੈ ਕੀ ਫਾਇਦੇਮੰਦ ਹੋ ਸਕਦਾ ਹੈ ਇਹ ਤੁਹਾਡੇ ਤੋਂ ਬੈਟਰ ਇਹਦੀ ਜਜਮੈਂਟ ਜਿਹੜਾ ਉਹ ਕੋਈ ਵੀ ਨਹੀਂ ਕਰ ਸਕਦਾ ਅਸੀਂ ਤਾਂ ਸਿਰਫ ਇਸ ਟੌਪਿਕ ਦੇ ਉੱਤੇ ਗੱਲਬਾਤ ਕੀਤੀ ਬਾਕੀ ਸਾਡੀ ਫੇਸਬੁਕ ਦੇ ਨਾਲ ਲਗਾਤਾਰ ਜੁੜੇ ਰਿਹਾ ਕਰੋ ਆਪਣੇ ਕਮੈਂਟਸ ਭੇਜਿਆ ਕਰੋ ਅਸੀਂ ਦੇਖੋ ਤੁਹਾਡੇ ਨਾਲ ਦੇ ਨਾਲ ਅਸੀਂ ਕਮੈਂਟਸ ਦੇ ਕੇ ਉਹਨਾਂ ਦੇ ਉੱਤੇ ਗੱਲਬਾਤ ਵੀ ਕਰੀਦੀ ਉਹਨਾਂ ਦੇ ਉੱਤੇ ਵੀ ਉਹਨਾਂ ਸਵਾਲਾਂ ਦੇ ਉੱਤੇ ਵੀ ਅਸੀਂ ਜਵਾਬ ਜਿਹੜਿਆ ਦਿੰਨੇ ਰਹੇ ਹਾਂ ਕੋਈ ਟੌਪਿਕ ਤੁਹਾਡੇ ਕੋਲ ਵਧੀਆ ਜਾਏ ਤੁਸੀਂ ਸਾਨੂੰ ਸੈਂਡ ਕਰਿਆ ਕਰੋ ਅਸੀਂ ਉਸ ਟੌਪਿਕ ਦੇ ਉੱਤੇ ਵੀ ਮਾਰਨਿੰਗ ਸ਼ੋ ਆਪਸ ਦੇ ਵਿੱਚ ਬੈਠ ਕੇ ਹੀ ਤੁਹਾਡੇ ਭੇਜੇ ਟੌਪਿਕ ਦੇ ਉੱਤੇ ਅਸੀਂ ਗੱਲਬਾਤ ਕਰੀਏ ਸੋ ਹੁਣ ਤੁਸੀਂ ਆਪਣੇ ਦਿਨ ਦੀ ਅਗਲੀ ਜਿਹੜੀ ਸ਼ੁਰੂਆਤ ਕਰ ਲੋ ਮਾਰਨਿੰਗ ਸ਼ੋਅ ਦੇ ਵਿੱਚ ਫਿਲਹਾਲ ਲਈ ਐਨਾ ਹੀ ਮੈਨੂੰ ਉਹਨਾਂ ਇਜਾਜ਼ਤ ਦਿਓ ਸਤਿ ਸ਼੍ਰੀ ਅਕਾਲ ਤੁਸੀਂ ਹੈਰਾਨ ਤੇ ਜ਼ਰੂਰ ਹੋ ਰਹੇ ਹੋ ਕਿ ਇੱਕ ਬੰਦਾ ਪੈਂਟ ਕਮੀਜ਼ ਪਾ ਕੇ ਟਰੈਕਟਰ ਚਲਾ ਰਿਹਾ ਹੈ ਖੇਤੀ ਕਰ ਰਿਹਾ ਹੈ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ